ऐसा नाम निरंजन हो, ऐसा नाम निरंजन हो, ऐसा नाम निरंजन हो।
एक कोशिश करिए 10 मिनट को भी कट लाइए, क्योंकि होर गुरमुखा ने भी माता जी ने श्रद्धांजलियां देनिया। दास का कहना सी कि होर महापुरुष कृपा करन, बाबा तन्ना सिंह जी बोलन पर सरदार कुलवंत सिंह जी का हुक्म कि बाबा जी आप जी ने कुछ शब्द जरूर कहने। सरकार जो सिंह साहब जी सर्व गुरु खालसा साध संगत जी को कलगी धर्म पिता जी की बख्शिश की हुई गुरु फतेह दास वालों हाथ जोड़ के शीर्ष जवाब के निर्मलता साहब बधाई प्रवान होए जी। वाहगुरु जी का खालसा वाहगुरु जी की फतेह। परम सत्कार योग गुरु खालसा साध संगत जी जिन्हां ने असीं विचार भी सुने, संत बाबा राम सिंह जी बहुत वड्डी शख्सियत, संत निहाल सिंह जी हरिया बेलां वाले ठीक हो मठी साहिब फतेह साहिब करिए। वाहिगुरु जी का खालसा वाहिगुरु जी की फतेह। अज असीं सारे मनन परिवार के नाल दुख साझा करने लई और दरबंगा खालसा साढ़े पूजनीय माता महेंद्र कौर जी की अंतिम अरदास के बीच इकत्र हुए हैं। मार्श इस सिस्टी का सब तो प्यारा, सब तो मिठा ते सब तो शक्तिशाली शब्द है। बाबा निहाल सिंह जी सारिया सियासी पार्टियां के आगू साहबान मैंबर श्रोमणी कमेटी ते मेरे सत्कार जो भैनों से भाओ, वाहेगुरु जी का खालसा वाहेगुरु जी की फतेह। अज आप बहुत वड्डी तादाद में सत्कार जो भैन महेंद्र कौर जी को श्रद्धा के फुल भेट करने वास्ते हाजिर होए। बहुत धन्यवाद है सब तो वड्डी जो साढ़े इस पवित्र स्थान पर महान महापुरुषों ने आके हाजरी भरी है। ये सारा जो कुछ भी तुसी देख रहे हो माता जी माता महेंद्र कौर उन्होंने प्यार ही निर्मल सिंह जी महाराज वर्गे महापुरखा के नाल मिल के
ਉਹਨਾਂ ਦੀ ਛਤਰ ਛਾਇਆ ਹੇਠ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਆਤਮਾ ਹੁੰਦੀ ਹੈ, ਉਹ ਪਹਿਲਾਂ ਹੀ ਅਭੇਦ ਹੁੰਦੀ ਹੈ ਪ੍ਰਭੂ ਨਾਲ। ਪਰ ਹੁਣ ਆਪਾਂ ਅਰਦਾਸ ਕਰਨੀ ਹੈ, ਤਾਂ ਅਰਦਾਸ ਕਰਨੀ ਬਣਦੀ ਹੈ ਕਿਉਂਕਿ ਗੁਰੂ ਪਰੰਪਰਾ ਦੇ ਵਿੱਚ ਇਹ ਸ਼ਾਮਿਲ ਹੈ। ਤਾਂ ਪਹਿਲਾਂ ਕੀਰਤਨ ਰਾਹੀਂ ਅਸੀਂ ਸ਼੍ਰੀਆਂ ਦੀ ਅਰਦਾਸ ਬੇਨਤੀ ਅਕਾਲ ਪੁਰਖ ਦੇ ਚਰਨਾਂ 'ਚ ਕੀਤੀ ਜਾਵੇਗੀ। ਜਿਵੇਂ ਮੈਂ ਪਹਿਲਾਂ ਅਰਜ਼ ਕੀਤੀ ਹੈ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਤਿ ਸੁਜਾਨ, ਅਤਿ ਸੁਰੀਲੇ ਅਤੇ ਮਿੱਠੜੇ ਕੀਰਤਨੀ ਹੈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੁਹਾੜਕਾ ਆਪਣੇ ਜਥੇ ਸਮੇਤ ਸਟੇਜ 'ਤੇ ਗੁਰੂ ਸਨਮੁਖ ਸਭਾਏਮਾਨ ਨੇ ਪੌਣੇ ਘੰਟੇ ਵਾਸਤੇ ਰੱਬੀ ਬਾਣੀ ਦਾ ਵੈਰਾਗਮਈ ਕੀਰਤਨ ਪ੍ਰਸਤੁਤ ਕਰਕੇ ਆਪ ਜੀ ਨੂੰ ਗੁਰੂ ਚਰਨ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ। ਭਾਈ ਸਾਹਿਬ ਕੀਰਤਨ ਆਰੰਭ ਕਰ। ਬਾਬਾ ਬੋਲ ਤੇ
Thank you.
जिस प्राणी सदगुण में अपने विश्वास नहीं सी
ਸਵਾਲ ਪੂਰੀ ਕੀਰਤਨ ਹੋਰ ਸੁਣਦਾ ਜੀ ਔਰ ਸਮਾਜ ਸੇਵੀ ਸੱਚਖੰਡ ਵਾਸੀ ਸਰਦਾਰ ਮਹਿੰਦਰ ਸਿੰਘ ਜੀ ਮੰਨਣ ਦੇ ਧਰਮ ਸੁਪਤਨੀ ਔਰ ਪੰਥ ਦੇ ਮਹਾਨ ਧਾਰਮਿਕ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਹਰਦਿਲ ਅਜੀਜ਼ ਮੇਰੇ ਵੀਰ ਸਰਦਾਰ ਕੁਲਵੰਤ ਸਿੰਘ ਮੰਨਣ ਦੇ ਸਤਿਕਾਰਯੋਗ ਮਾਤਾ ਜੀ ਬ੍ਰਹਮ ਪੁਰਸ਼ ਮਾਤਾ ਮਹਿੰਦਰ ਕੌਰ ਜੀ ਨਿਮਿਤ ਇਹ ਅੱਜ ਦਾ ਗੁਰਮੁਖ ਸਮਾਗਮ ਹੋ ਰਿਹਾ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਕੀਦਤ ਦੇ ਫੁੱਲ ਭੇਟ ਕਰਨ ਲਈ ਇਸ ਸਮਾਗਮ ਵਿੱਚ ਸਮਾਜ ਦੇ ਮੁਖਤਲਿਫ ਵਰਗਾਂ ਤੋਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਜਿਹਨਾਂ ਵਿੱਚ ਸਰਦਾਰ ਗੁਰਚਰਨ ਸਿੰਘ ਜੀ ਚੰਨੀ ਮੇਰੇ ਵੀਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਜਥਾ ਜਲੰਧਰ ਸ਼ਹਿਰੀ ਜ਼ਿੰਦਾ ਸ਼ਹੀਦ ਕੌਮ ਦੀ ਮਹਾਨ ਹਸਤੀ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਸਰਦਾਰ ਰਸਪਾਲ ਸਿੰਘ ਪਾਲ ਉੱਘੇ ਪੰਜਾਬੀ ਕਵੀ ਬਾਬਾ ਗੁਰਿੰਦਰਪਾਲ ਸਿੰਘ ਜੀ ਨਿਰਮਲ ਕੁਟੀਆ ਅਰਜਨ ਨਗਰ ਜਲੰਧਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਜੀ ਕੁਹਾਰ ਕੈਬਨਿਟ ਮੰਤਰੀ ਗਵਰਨਮੈਂਟ ਆਫ ਪੰਜਾਬ ਸਰਦਾਰ ਰਣਜੀਤ ਸਿੰਘ ਜੀ ਕਾਹਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਕਰਤਾਰਪੁਰ ਸ਼੍ਰੀ ਜਗਦੀਸ਼ ਰਾਜ ਲੀਡਰ ਅਪੋਜੀਸ਼ਨ ਮਿਊਂਸੀਪਲ ਕਾਰਪੋਰੇਸ਼ਨ ਜਲੰਧਰ ਪ੍ਰਸਿੱਧ ਆਰਕੀਟੈਕਟ ਬੀਬੀ ਸੰਤੋਸ਼ ਜੀ ਬੀਬੀ ਗੁਰਮੀਤ ਕੌਰ ਜੀ ਭਟੂਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ ਮੁਖੀ ਗੰਭੀਰ ਸਾਲ ਵੱਲੋਂ ਸੁਚੇਚੇ ਤੌਰ 'ਤੇ ਪਹੁੰਚੇ ਪ੍ਰਸਿੱਧ ਵਿਚਾਰਵਾਨ ਵਿਦਵਾਨ ਅਤੇ ਕਥਾਵਾਚਕ ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ ਮੁੰਡਾ ਪਿੰਡ ਸਰਦਾਰ ਸਰਜੋਤ ਸਿੰਘ ਜੀ ਸਾਹਿਬੀ ਪ੍ਰਧਾਨ ਦੁਆਬਾ ਜੋਧ ਅਕਾਲੀ ਦਲ ਅਤੇ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਜਥੇਦਾਰ ਮਨਜੀਤ ਸਿੰਘ ਜੀ ਸੰਗਤ ਬਿੰਦਾ ਕੋਟੜੀ ਥਾਮ ਸਿੰਘ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਕੇ ਪੀ ਐਸ ਢਿੱਲੋਂ ਕਰਤਾਰਪੁਰ ਉੱਘੇ ਸਮਾਜ ਸੇਵੀ ਇਹਨਾਂ ਦੇ ਨਾਲ ਨਾਲ ਔਰ ਸਰਦਾਰ ਅਮਰਜੀਤ ਸਿੰਘ ਵਰਗੀ ਬਾਹਰ ਸੇਵਾ ਕਰ ਰਹੇ ਨੇ ਦਲ ਦੀ ਸਾਰਿਆਂ ਦਾ ਇੱਕ ਸ਼ਬਦ ਦਾ ਕੀਰਤਨ ਆਪਾਂ ਇਸੇ ਤਰ੍ਹਾਂ ਸਤਿਕਾਰਯੋਗ ਤੋ ਉਹ ਆਪ ਜੀ ਨੂੰ ਕੀਰਤਨ ਸੁਣਾਉਣਗੇ ਮਹਾਂਪੁਰਖਾਂ ਦਾ ਜਿਵੇਂ ਹੁਕਮ ਹੋਵੇਗਾ ਤੋ ਆਓ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੁਹਾੜਾ ਬੋਲ ਪੜਨਗੇ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਜੀ ਫਤਿਹ ਬੁਲਾਇਆ ਕਰੋ ਮਾਤਾ ਜੀ ਨੂੰ ਇਸ ਗੱਲ ਦੀ ਪ੍ਰਸੰਨਤਾ ਹੋਵੇ ਕਿ ਉਹਨਾਂ ਦੀ ਰੂਹ ਨੂੰ Thank you.
एक तो बिना सारा मूड पसारा ही है, एक दी आराधना करनी है और एक मन हो के उस एक अगे अरदास करनी है। सच्चे पातशाह साडे सत्कार जो माता मंदिर कौर जी अपने चरणा निवास बख्शन और पिछे परिवार को स्नेहियां पाणा मनण का बल बख्शन, अपने परिवार मुंडन परिवार तरक्की करे, चढ़ती कलम च रहे, बुढ़ती करे। संत बाबा धर्मदास जी बाबे जोड़े वालों धन्यवाद करता हाँ। उसे मैं कुछ होर सजे मिले कुछ उन्होंने जिक्र करना चाहगा, क्योंकि गुरदाना अजीत जी बड़ी सेवा कर रहे हैं, पिछले किताब भी लिखी है उन्होंने। अति सत्कार योग संत बाबा राम सिंह जी सिंगड़े वाले करनाल, जिन्होंने तुम बहुत दूरदर्शन से भी सुनते हो, साढ़े को रिकॉर्डिंग पड़िया ने, बहुत विद्वान और कंठ ऐसा पुरसोस है, गला सुंदर है, बहुत गुरबाणी के ज्ञाता ने और रब की बड़ी बख्शिश रहमत है, वो पहुँचे ने समुचे जथे समेत। पहला मैं बेनती करांगा कि भाई साहब भाई इंद्रजीत सिंह जी मजूरी रागी हरिमंदर साहब सुभायमान ने उन्हों तो पेश कर भाई साहब को इजाजत लैके मैं 15 मिनट का समा लवागा, हो 10 मिनट का, 10 मिनट लिए गंभीर टकसाल जो सिख पंथ की महान ते गौरवशाली नुमाइंदा जमात है, जथेबंदी है, उसके मौजूदा मुखी 16वें मुखी संत बाबा ज्ञानी हरनाम सिंह जी खालसा पिंडरा वाले, उन्होंने वालों प्रोत्साहे हुए पंथ के प्रसिद्ध विद्वान, जिन्होंने अक्सर तुम एक निजी चैनल राही दिल्ली गुरुद्वारा बंगला साहब तो परसों भी कथा इन्होंने की सी, और इन्होंने भाई साहब बाबा बंता सिंह जी बुढ़ा पिंड, उन्होंने भी क्या बात है, लाजवाब बात है। तो वो साढ़े सुभायमान ने बाबा जीवा सिंह जी को मैं बेनती करांगा कि 10 मिनटा लिए गुरमुख विचार आप जी साझिया कर, और आप जी इस तरह कागजित हो के बाबा जीवा सिंह जी रंगना पुंग फकीर वारी आपो अपनी दसा पातशाहियां दे सरूप पिछले दिनी अकाल चलाना करके इन्हां दी अंतम अरदास निकी याद अंदर जुड़ बैठी गुरु रूप गुरु खालसा साहब सकत जी, जिथे महान सिख पंथ के महापुरख इन्हां महापुरखों का गुरमुख प्यारे सत्कारयोग सरदार गुरवंत सिंह जी मंदन साहब इन्हां दे परिवार के नाल बड़ा प्रेम है, बड़ा स्नेह है, उन्हां महापुरखों वालों दास आप संतां दे चरणां विच हाजरी लवाउण वास्ते पहुंचिया है। सरबत संगत रसना करो पवित्र आखो जी वाहिगुरु जी का खालसा वाहिगुरु जी की फतेह। साडे धार्मिक ग्रंथां दे अंदर परमात्मा तो बाद दे विच जे किसी नू स्थान दिता गया है तां ओ हन माता पिता। मैनू वेदां दी एक पंक्ति चेते आ गई, वेदां दे विच लिखिया है पितरी देवो भाव मात्रई देवो भाव, पिता परमात्मा है,
भक्ति अवतार भाव गुरबाणी सौखे शब्दों में समझा दी। जब असी गुरबाणी पढ़ते हैं तो महाराज कहते जिन्ना मर्जी कोई पापी हो गए पापी चीत ना रख सका। बंदे की जिंदगी दे विच तकरीबन 90% जो भी सुभा है जो भी गुण जो भी तरक्की है वो मां प्यो की देन है सारी। मैनू एक बड़े प्रसिद्ध महापुरश का वचन चेते आता है साढ़े सत्कार योग इस देश के बहुत वड्डे विद्वान होए ने भर्तरी हरि हिंदुस्तान के बादशाह से। जदों वो जवान होए उन्होंने उम्र कोई 18 साल की हुई तो माता कह लगी भर्तरी तू हुण जवान हो गया है शहजादा है जिन्ना चिर छोटा सी उन्ना चिर मैं तेरा ख्याल रख रही सी पर हुण तू जवान हो गया है हुण तेनू अपना ख्याल आप रखना पैना है ते मैं तेनू चाहनी हां कि तू अपनी जिंदगी दे विच जत सत रखे अपना जीवन पवित्र बतीत करे जिन्ना चिर तेरा विआह नहीं हुंदा तेरा जीवन पवित्र चाहीदा है। कहिंदा दसो माता जी मैं किहड़ा वचन चेते रखा। कहिंदी तीन गल्लां चेते रख एक जदों रात नूं सौया करना है उदों लोहे दे कोट विच सौया करना। दूसरा मखमली गदेले उत्ते लम्मा प्यार ते तीसरा हमेशा वास्ते तू मिठा खाया कर। भर्तरी ने गल समझ जी ना पई भी ये मां बगाड़ती पई आके समझाती पई। भर्तरी कहिंदा मां मैं समझिया नहीं कहती लोहे के कोट में सौना जदों रात को सौना घटो घट 5-6 बंदे तेरे लागे होने चाहिए तू जवानी जा ते कल्ले बंदे का जीवन बिगड़ जाता है खाई नहीं ते खाई नहीं। ते तीसरी गल मां ने आखी सी कि जदों मखमली गदेले उत्ते सोई भाव जदों नींद इन्नी आ जाए कि बैठे बैठे का सिर पासे नूं डिगण लगे उदों सोई पहला ना सोई जे उदों सौवेगा ते भावें इट्टां ते लम्मा पै जाए तां वी मखमली गदेला बन। ये तीन चीजां भर्तरी दी मां ने उन्हें दसी तां कहण तों भाव जिहड़ी तरक्की रुतबा पदवी असी सरदार करवंत सिंह जी मन्नण साहब की देख ली आप जी नू कथा वार्ता राही गुरु विचारा राही निहाल कर रहे सन। अति सत्कारयोग प्रसिद्ध विद्वान आलम फाजल सत्कार जो बाबा जीवा सिंह जी मुंडा पिंड मुखी शहीदा का पवित्र स्थान गुरद्वारा शहीदा सरमस्तपुर जेडे के दमदमी टकसाल के 16वें मुखी संत बाबा ज्ञानी हरनाम सिंह जी खालसा पिंडरा वाले वालों विशेष तौर पर उन्हों का संदेश लैके पहुंचे ने। साडे विच सरदार सुरजीत सिंह जी चीमा मैंबर धर्म प्रचार कमेटी श्रोमणी गुरुद्वारा प्रबंधक कमेटी पहुंचे ने। सरदार आओ हूँ
ਜਿਵੇਂ ਮੈਂ ਪਹਿਲਾਂ ਅਰਜ਼ ਕੀਤੀ ਸੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਨ੍ਹਾਂ ਨੂੰ ਤੁਸੀਂ ਰੋਜ਼ ਸੁਣਦੇ ਹੋ ਵੇਖਦੇ ਹੋ ਅੱਜ ਤੁਹਾਡੇ ਰੂਬਰੂ ਸਰੀਰਕ ਤੌਰ 'ਤੇ ਸਾਹਮਣੇ ਬੈਠੇ ਨੇ ਖੇਡ ਕਰੇ ਸਭ ਕਾ ਖੇਡ ਕਰੇ ਸਭ ਕਾ
ਸਿਰ ਦੁਨੀਆ ਗੁਰੂ ਸਾਹਿਬ ਦੀ ਰਸਮਾਂ ਤੋਂ ਉਚਾਰਨ ਕੀਤਾ ਫਾਰਸੀ ਨੁਮਾ ਇਹ ਸ਼ਬਦ ਆਪ ਜੀ ਨੂੰ ਬੜੇ ਸੰਗੀਤਕ ਢੰਗ ਨਾਲ ਰੱਖਦੇ ਨੇ ਔਰ ਤਬਲੇ ਵਾਲੇ ਸੱਜਣ ਜਿਹੜੇ ਨੇ ਉਹਨਾਂ ਨੂੰ ਮੈਂ ਵਿਸ਼ੇਸ਼ ਤੌਰ ਦੇ ਉੱਤੇ ਸ਼ਾਬਾਸ਼ ਦਿੰਦਾ ਹੈ ਉਹਨਾਂ ਨੇ ਬਹੁਤ ਸੁੰਦਰ ਵਜਾਇਆ ਤੋ ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਇੱਥੇ ਹੀ ਸਾਡੇ ਲਾਗੇ ਰਹਿਣ ਦੀ ਧਰੀ ਨੇ ਆਪਾਂ ਕੁਝ ਮਿੰਟਾਂ ਲਈ ਉਹਨਾਂ ਦੇ ਵਿਚਾਰ ਸਰਵਣ ਕਰੀਏ ਉਸ ਤੋਂ ਪਹਿਲਾਂ ਮੈਂ ਕੁਝ ਸੱਜਣਾਂ ਦੇ ਨਾਮ ਛੇਤੀ ਛੇਤੀ ਪੜ੍ਹ ਦਿੰਦਾ ਸਰਦਾਰ ਕੁਲਵਿੰਦਰ ਸਿੰਘ ਜੀ ਡਾਕਟਰ ਅਮਰੀਕ ਸਿੰਘ ਜੀ ਸਰਦਾਰ ਕੁਲਦੀਪ ਸਿੰਘ ਜੀ ਰਵਾਣਾ ਸਰਦਾਰ ਕਰਨੈਲ ਸਿੰਘ ਜੀ ਜਬਲ ਸਰ ਅਵਤਾਰ ਸਿੰਘ ਜੀ ਗੋਲਡੀ ਪ੍ਰੋਫੈਸਰ ਗੁਰਨਾਮ ਸਿੰਘ ਜੀ ਸਰਦਾਰ ਤੇਗਾ ਸਿੰਘ ਜੀ ਬਲ ਸ਼੍ਰੀ ਬਾਬਾ ਹੈਨਰੀ ਪਰਮਜੀਤ ਸਿੰਘ ਜੀ ਪੰਮਾ ਕੌਂਸਲਰ ਸਰਦਾਰ ਬਲਜੀਤ ਸਿੰਘ ਨੀਲਾ ਮਹਿਲ ਸਾਬਕਾ ਜਲੰਧਰ ਅਕਾਲੀ ਜਥਾ ਸ਼ਹਿਰੀ ਪਦਮ ਸ਼੍ਰੀ ਸਰਦਾਰ ਪ੍ਰਗਟ ਸਿੰਘ ਜੀ ਵਿਧਾਨਕਾਰ ਸ਼੍ਰੀ ਤਲਵੰਡੀ ਹੋਰਾਂ ਦੇ ਉਹ ਵੀ ਪਹੁੰਚੇ ਨੇ ਬੀਬੀ ਸਿਮਰਜੀਤ ਕੌਰ ਜੀ ਸਰਦਾਰ ਛਨਵੀਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਪ੍ਰੀਤਨਗਰ ਸਰਦਾਰ ਅਮਰਜੀਤ ਸਿੰਘ ਬਿੱਠਾ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ ਮਾਡਲ ਹਾਊਸ ਅਤੇ ਸਰਦਾਰ ਸ਼ਮਸ਼ੇਰ ਸਿੰਘ ਜੀ ਗੁਰੂਰ ਸਾਹਿਬ ਇਹ ਸ਼ੋਕ ਮਤਾ ਲੈ ਕੇ ਆਏ ਨੇ ਬਾਬਾ ਸੇਵਾ ਸਿੰਘ ਜੀ ਗੁਰੂਰ ਸਾਹਿਬ ਵਾਲਿਆਂ ਦਾ ਜੱਟ ਸਿੰਘ ਸਭਾ ਵੱਲੋਂ ਸਰਦਾਰ ਸੁੱਚਾ ਸਿੰਘ ਜੀ ਬਾਜਵਾ ਵੀ ਗੁਰਮੇਗ ਕੌਰ ਕੌਂਸਲਰ ਵਾਰਡ ਨੰਬਰ 12 ਗੁਰਦੁਆਰਾ ਸ਼੍ਰੀ ਕ੍ਰਿਸ਼ਨ ਸਿੰਘ ਸਭਾ ਗੁਰੂ ਅਮਰਦਾਸ ਨਗਰ ਮੁਖੀ ਸਰਦਾਰ ਹਰਪਾਲ ਸਿੰਘ ਲਘੂ ਉਦਯੋਗ ਭਾਰਤੀ ਜਲੰਧਰ ਦੇ ਪ੍ਰਧਾਨ ਸ਼੍ਰੀ ਰਮੇਸ਼ ਗੁਪਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੇਚੇ ਤੌਰ 'ਤੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਜੀ ਕੇ ਜਨਰਲ ਸਕੱਤਰ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਅਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਜੀ ਰਾਣਾ ਇਹਨਾਂ ਦੇ ਸ਼ੋਕ ਸੰਦੇਸ਼ ਪੁੱਜੇ ਨੇ ਸਾਰਿਆਂ ਦਾ ਬਹੁਤ ਬਹੁਤ ਦਿਲੀ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਅਤਿ ਸਤਿਕਾਰਯੋਗ ਪਰਮ ਪੂਜੀਏ ਅਰਚਨੀਏ ਵੰਦਨੀਏ ਸੰਤ ਬਾਬਾ ਰਾਮ ਸਿੰਘ ਜੀ ਸੀਗੇ ਵਾਲੇ ਆਪ ਜੀ ਨਾਲ ਆਪਣੇ ਪ੍ਰਵਚਨ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਿਸ਼ਨਾ ਦਾ ਚੱਲ ਦਿਸਦਾ ਪਰ ਪਿਆਸ ਨਹੀਂ ਬੁਝਾਉਂਦਾ ਕਦੇ ਹੁੰਦਾ ਨਹੀਂ ਜਿਵੇਂ ਹਰੀ ਹਰ ਚੰਦੌਰੀ ਆਕਾਸ਼ ਵਿੱਚ ਭਰਮ ਦੀ ਨਗਰੀ ਹੈ ਪਰ ਉਹ ਨਗਰੀ ਹੁੰਦੀ ਨਹੀਂ ਦਿਸਦੀ ਹੈ ਇਸੇ ਤਰ੍ਹਾਂ ਇਹ ਸੰਸਾਰ ਹੈ ਐਸੋ ਇਹ ਸੰਸਾਰ ਭੇਖਣਾ ਰਹਿਣ ਨਾ ਕੋਈ ਪਈ ਹੈ ਰੇ ਹੈ ਤਾਂ ਐਵੇਂ ਕਿਉਂਕਿ ਹੁਣ ਵਿਸਥਾਰ ਦਾ ਸਮਾਂ ਨਹੀਂ 10 ਮਿੰਟ ਦਾ ਹੁਕਮ ਹੋਇਆ ਤੇ ਕੋਸ਼ਿਸ਼ ਕਰੀਏ 10 ਮਿੰਟ ਤੋਂ ਵੀ ਘੱਟ ਲਾਈਏ ਕਿਉਂਕਿ ਹੋਰ ਗੁਰਮੁਖਾਂ ਨੇ ਵੀ ਮਾਤਾ ਜੀ ਨੂੰ ਸ਼ਰਧਾਂਜਲੀਆਂ ਦੇਣੀਆਂ ਨੇ ਦਾਸ ਤਾਂ ਕਹਿੰਦਾ ਸੀ ਕਿ ਹੋਰ ਮਹਾਂਪੁਰਸ਼ ਕਿਰਪਾ ਕਰਨ ਬਾਬਾ ਧੰਨਾ ਸਿੰਘ ਜੀ ਬੋਲਣ ਪਰ ਸਰਦਾਰ ਕੁਲਵੰਤ ਸਿੰਘ ਜੀ ਦਾ ਹੁਕਮ ਕਿ ਬਾਬਾ ਜੀ ਆਪ ਜੀ ਨੇ ਕੁਝ ਸ਼ਬਦ ਜ਼ਰੂਰ ਕਹਿਣੇ ਤੋ ਹੁਕਮ ਮੰਨ ਕੇ ਦਾਸ ਬਚਨ ਸਾਂਝੇ ਕਰਨ ਲੱਗਿਆ ਜਦੋਂ ਪ੍ਰਾਣੀ ਸਰੀਰ ਤਿਆਗਦਾ ਪਿਛਲੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਇੱਕ ਚਿੰਤਾ ਹੁੰਦੀ ਹੈ ਕਿ ਇਹਦੀ ਗਤੀ ਹੋਈ ਹੈ ਜਾਂ ਨਹੀਂ ਹੋਈ ਇਹਦੀ ਮੁਕਤੀ ਹੋਈ ਹੈ ਜਾਂ ਨਹੀਂ ਹੋਈ ਇੱਕ ਗੱਲ ਦਾਸ ਬੇਨਤੀ ਕਰ ਦੇਵੇ ਗੁਰਮਤ ਵਿੱਚ ਮੁਕਤੀ ਮਾਨੁਸ਼ ਤਨ ਤੋਂ ਅੱਗੇ ਕਿਤੇ ਨਹੀਂ ਮੰਨੀ ਕਿ ਇਸ ਜੀਵਨ ਚ ਰਹਿੰਦਿਆਂ ਹੀ ਮੁਕਤ ਹੋਣਾ ਹੈ ਇਸ ਜੀਵਨ ਚ ਹੀ ਰਹਿੰਦਿਆਂ ਮੁਕਤ ਹੋਣਾ ਹੈ ਕੋਈ ਕਹੇ ਵੀ ਸਕੂਲ ਚ ਤਾਂ ਬੱਚਾ ਪੜ੍ਹਦਾ ਰਿਹਾ 16 ਸਾਲ ਤੇ ਐਜੂਕੇਸ਼ਨ ਬਾਅਦ ਵਿੱਚ ਕਿਤੇ ਲਵੇਗਾ ਡਾਕਟਰ 16 ਸਾਲ ਪੜ੍ਹਿਆ ਫਿਰ 5-7 ਸਾਲ PhD ਲਈ ਵੀ ਲਾਏ ਯੂਨੀਵਰਸਿਟੀ ਚ ਫਿਰ ਕਵੇ ਕਿ ਮੈਂ ਇਸ ਤੋਂ ਅਗਾਂਹ ਜਾ ਕੇ PhD ਹੋਵਾਂ ਨਹੀਂ ਇਹ ਮਾਨੁਸ਼ ਤਨ ਹੈ ਇਸੇ ਤਨ ਵਿੱਚ ਮੁਕਤੀ ਦੀ PhD ਕਰਨੀ ਹੈ ਇਸੇ ਤਨ ਵਿੱਚ ਮੂਏ ਹੋਏ ਜੋ ਮੁਕਤ ਦੇਹੋਂਗੇ ਮੁਕਤ ਨਾ ਜਾਣੇ ਕੋਇਲਾ ਸਿੱਖ ਇੰਨਾ ਸਕਸ਼ਮ ਗੁਰੂ ਘਰ ਵਿੱਚ ਅਨੇਕਾਂ ਮਿਸਾਲਾਂ ਨੇ
कि सिख आप ता की मुक्त अपनी मुक्ति की ता गल छट दियो। एक कोई गुरमुख प्यारे महापुरुषा के पास बैठे सन 78 की गल, कोई किसी नगर चो आए, अमृतसर साहब का जिक्र, सारे महापुरुष बैठे ने, किसे नगर चो एक सिंह आया, कह लगा जी मेरे घर भूतां दा प्रेतां दा बड़ा भय। ते ओ महापुरुष कह लगे मैं तेरा पाठ चौपाई साहब दे करिया कर, ते कलगियां वाले दा करी ध्यान, तेरे घर दे ता की गुआंढियां दे भूत भी भज जाणगे। ए गुरबाणी इन्नी शक्ति रखती, गुरमत का संकल्प, गुरु घर का सिद्धांत तेनों इन्ना मुक्त करता है। मुक्त उत्थे नहीं पड़ा, मर के नहीं, मुक्ति इत्थे ही है। और सत्कारयोग माता महेंद्र कौर जी दास अच्छी तरह जानते हैं, उन्होंने बड़े सालों तो सन 90 तो इस परिवार नाल संबंध। माता जी अपने जीवंदे जी शब्द नाल जुड़े हुए सी, जीवंदे जी शब्द नाल, वाहिगुरु शब्द नाल, मूल मंत्र नाल ठंडे वाटे दा अमृत छकिया होया सी। मैनूं गल याद आ गई, आ जिहड़े अस्थान ते आपां बैठे हां, बाबा जोड़े सचखंड वासी ब्रह्मलीन ब्रह्म ज्ञानी बाबा प्रीतम दास जी उन्हां दे डेरे अस्थान ते, ते अज कल जो साडे सत्कार योग परम सत्कार योग संत बाबा निर्मल दास जी उन्हां दी जगह सेवा निभा रहे ने। ओ बाबा प्रीतम दास जी नूं माता महेंद्र कौर जी ने छोटी उम्र च बेनती कीती, जिवें बचपन च सुभाव है, फिर बाबा जी मैं फलानी जगह को ले लो नाम। बाबा प्रीतम दास जी कहते नहीं, कितों नहीं लेना। फिर कहते बाबा जी थोड़े दिन बाद कहते जी मैं फलानी जगह को नाम ले लूं। बाबा प्रीतम दास जी कहते नहीं। फिर बीबी जी ने बेनती की, महाराज नाम बिना ता कल्याण नहीं होनी, नाम बिना जीविया नहीं जाना, नाम बिना ये जीवंदा जीवन नहीं मिलना, ये मुक्त नहीं मिलनी, ते तुसी कहने नाम नहीं देना। कहने बीबी तेनू खंडे बाटे का अमृत छकाना है, तेनू नाम नहीं दवाना, कितों तेनू खंडे बाटे का अमृत छकाना है, ये संस्कार ने, संस्कार ने, तू खंडे बाटे दे अमृत दे धारनी, नित नेमी हर समय सिमरन विच जुड़े हुए, हर समय एक छोटा जिहा साधन कोल रखिया सी, जदों असी आउंदे वेखदे रहे, हर समय गुरबाणी कुर्सी ते बैठे आ, टेबल ते छोटी जिही टेप एक रखी, हर समय सुखमनी साहिब दा पाठ, हर समय गुरबाणी दा कीर्तन सरवण कर दे। इस सिख दे जीवन दी जांच है भई ऐसे जीवन आदर्शक जीवन है, ये जीवन आदर्शक जीवन है। तो दास एक छोटी जी कहानी कह के समाप्ति कर दा कि सिख विच किन्नी पहुंच है, सिख नूं कदे अपनी मुक्ति के मेरी गति की है ये नहीं चिंता करनी चाहिए। बाबा ईश्वर सिंह जी महाराज नानक सर कलेरा वाले अक्सर वचन करते सी, सिख होके जे तेनों जमा का ही डर है ये तू सिख नहीं बनिया, जे सिख होके तेनों धर्मराज दे जमा का डर है ये तू सिख नहीं बनिया, क्योंकि वह इथे ही लेखा निपट गया, इथे ही लेखा निपट गया। जम दूत ता जदों तू घर विच बैठा नितनेम कर रहे हैं, ते भिन्नी भिन्नी आवाज आ रही है गुआंढ विच भी, ते जे गुआंढियां दे घर भी जम दूत आए ने, वह भी चले जाणगे भी इत्थे तां बाणी दा जाप हो रहा है।
ਇੱਥੇ ਤਾਂ ਨਿਤਨੇਮ ਹੋ ਰਿਹਾ, ਇੱਥੇ ਜਪਜੀ ਸਾਹਿਬ ਪੜਿਆ ਜਾ ਰਿਹਾ, ਇੱਥੇ ਜਾਪ ਸਾਹਿਬ ਦੀਆਂ ਧੁਨਾਂ ਉੱਠ ਰਹੀਆਂ ਨੇ, ਇੱਥੇ ਆਨੰਦ ਸਾਹਿਬ ਦਾ ਪਾਠ ਹੋ ਰਿਹਾ। ਜਿਹੜੇ ਪਾਠ ਕਰਦੇ ਨੇ, ਨਿਤਨੇਮ ਕਰਦੇ ਨੇ ਅੰਮ੍ਰਿਤ ਛਕ ਕੇ, ਉਹਨਾਂ ਦੀ ਕਲਗੀਧਰ ਪਾਤਸ਼ਾਹ ਦੇ ਕੋਲ ਗਤੀ ਹੈ। ਬਾਬਾ ਜੀ ਕਹਿੰਦੇ ਸੀ ਉਹਨਾਂ ਦਾ ਲੇਖਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਹੈ, ਉਹਨਾਂ ਦਾ ਲੇਖਾ ਧਰਮਰਾਜ ਕੋਲ ਨਹੀਂ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ, ਉਹਨਾਂ ਦੇ ਲੇਖੇ ਨਿਬੜ ਗਏ। ਚਿੰਤਾ ਨਾ ਕਰਿਓ, ਪਰ ਇੰਨੀ ਗੱਲ ਕਰੋ ਬਾਹ ਕਲਗੀਆਂ ਵਾਲੇ ਨੂੰ ਫੜਾ ਦਿਓ, ਇੰਨਾ ਵਚਨ ਇੰਨਾ ਪ੍ਰਸ਼ਾਰਤ ਕਰੋ ਕਿ ਬਾਹ ਗੁਰੂ ਨਾਨਕ ਸਾਹਿਬ ਨੂੰ ਫੜਾ ਦਿਓ, ਬਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੜਾ ਦਿਓ, ਫਿਰ ਚਿੰਤਾ ਕੋਈ ਨਹੀਂ। ਉਹ ਤੈਨੂੰ ਜਮਦੂਤ ਨਹੀਂ ਲੈਣ ਆਉਣਗੇ, ਤੈਨੂੰ ਕਲਗੀਆਂ ਵਾਲਾ ਲੈਣ ਵਾਸਤੇ ਆਵੇਗਾ ਜਦੋਂ ਸਰੀਰ ਤੇ ਆਵੇਗਾ। ਤੈਨੂੰ ਗੁਰੂ ਨਾਨਕ ਸਾਹਿਬ ਲੈਣ ਵਾਸਤੇ ਆਉਣਗੇ। ਅਮੈਰੀਕਾ ਵਿੱਚ ਬਾਬਾ ਜੀ ਦੇ ਇੱਕ ਸੰਗੀ ਨੇ ਸੈਕਰਾਮੈਂਟੋ ਸ਼ਹਿਰ ਵਿੱਚ ਸਰੀਰ ਤੇ ਆ ਗਿਆ ਪਿਛਲੇ ਸਾਲ, ਬਾਬਾ ਧੰਨਾ ਸਿੰਘ ਜੀ ਵੀ ਜਾਣਦੇ, ਅੱਜ ਵੀ ਉੱਥੇ ਨੇ ਡਾਕਟਰ ਸੁਖੀ ਚਾਹਲ, ਪਿੱਛੋਂ ਪਟਿਆਲੇ ਦੇ ਨੇ, ਬਹੁਤ ਵੱਡੇ ਸਰਜਨ ਨੇ, ਉਹਨਾਂ ਦੇ ਭਰਾ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਰੋਜ਼ ਕਰਦੇ ਸਨ, ਪ੍ਰਕਾਸ਼ ਰੋਜ਼ ਕਰਦੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਦੇ ਸਨ, ਜੁੜੇ ਹੋਏ ਸਨ ਬਾਣੀ ਨਾਲ। ਫਿਰ ਵੀ ਜਿਸ ਵਿਚੋਲੇ ਦੀ ਰਾਹੀਂ ਜੁੜੇ ਉਹਨਾਂ ਨੂੰ ਅੰਤ ਸਮੇਂ ਬਾਬਾ ਈਸ਼ਰ ਸਿੰਘ ਜੀ ਦੀ ਸੀ। ਜਮਦੂਤ ਨਹੀਂ, ਤੈਨੂੰ ਗੁਰਮੁਖ ਦਿਸਣਗੇ, ਗੁਰਸਿੱਖ ਦਿਸਣਗੇ, ਸ਼ਹੀਦ ਸਿੰਘ ਦਿਸਣਗੇ, ਤੈਨੂੰ ਜਮਦੂਤ ਨਹੀਂ ਲੈਣ ਆਵੇਗਾ। ਛੇਵੇਂ ਪਾਤਸ਼ਾਹ ਦੇ ਸਿੱਖ ਭਾਈ ਜੱਲਣ ਤਰਨ ਤਾਰਨ ਸਾਹਿਬ ਦੇ ਕੋਲ ਪਿੰਡ ਵੀ ਹੈ ਉਹਨਾਂ ਦੇ ਨਾਮ ਤੇ ਜੱਲਣ। ਰਾਮਗੜੀਏ ਪਰਿਵਾਰਾਂ ਚੋਂ ਇੱਟਾਂ ਦਾ ਲੱਕੜ ਦਾ ਕੰਮ, ਸਾਰੇ ਹਜ਼ਾਰਾਂ ਲੋਕ ਧੱਕਾ ਮੱਕੀ ਕਰਦੇ ਨੇ, ਸ਼ਾਮ ਨੂੰ ਕੇ ਬੋਰੀ ਵਿਛਾ ਲੈਂਦੇ ਨੇ ਤੇ ਸਿਮਰਨ ਨਾਲ ਜੁੜ ਜਾਂਦੇ ਨੇ, ਵਾਹਿਗੁਰੂ 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 ਵਾਹਿਗੁਰੂ। ਜਿਵੇਂ ਦਿਹਾੜੀਆਂ ਬਾਕੀ ਦਿਹਾੜੀਦਾਰਾਂ ਨੂੰ ਕਹਿੰਦਾ ਇੱਧਰ ਹਟੋ ਉੱਧਰ ਹਟੋ, ਪੁਲਿਸ ਵਾਲਿਆਂ ਨੂੰ ਕਹਿੰਦਾ ਧੱਕੇ ਮਾਰੋ ਮੇਰੇ ਉੱਪਰ ਚੜ੍ਹਦੇ ਨੇ, ਤੇ ਉਹਨਾਂ ਨੂੰ ਕਹਿੰਦਾ ਆਓ ਜੀ ਆਓ ਜੀ ਤੁਸੀਂ ਵੀ ਆਪਣੀ ਦਿਹਾੜੀ ਲੈ ਦੇ ਦੇਣਾ। ਇਹ ਸਿੱਖ ਦੀ ਪਹੁੰਚ ਹੈ, ਇੱਕ ਸਿੱਖ ਦੀ, ਤੁਸੀਂ ਗੁਰਸਿੱਖ ਹੋ, ਇਹ ਤੁਹਾਡੀ ਪਹੁੰਚ ਹੈ। ਜੇ ਨਾਮ ਨਾਲ ਜੁੜ ਜਾਈਏ ਤੇ ਇੰਨੀ ਪਹੁੰਚ ਹੈ। ਸਿੱਖ ਕਹਿੰਦਾ ਇਹ ਜਮਦੂਤੋ ਧਰਮ ਰਾਜ ਨੂੰ ਸੁਨੇਹਾ ਦੇਣਾ, ਇਹਦੇ ਬਾਰੇ ਮੈਂ ਬਹੁਤਾ ਤਾਂ ਨਹੀਂ ਸੀ ਜਾਣਦਾ, ਪਰ ਜਦੋਂ ਕਿਲਾ ਬਣਦਾ ਸੀ ਇਹ ਮੈਨੂੰ ਜੀ ਕਹਿ ਕੇ ਆਵਾਜ਼ ਮਾਰਦਾ ਸੀ, ਇਹ ਬੜਾ ਭਲਾ ਇਨਸਾਨ। ਜਦੋਂ ਕਹਿੰਦੇ ਉੱਥੇ ਜਾ ਕੇ ਜਮਦੂਤਾਂ ਨੇ ਭਗਤ ਭਾਈ ਜੱਲਣ ਜੀ ਦਾ ਸੁਨੇਹਾ ਦਿੱਤਾ ਤੇ ਧਰਮਰਾਜ ਕਹਿੰਦਾ ਅੱਛਾ ਜੱਲਣ ਜੀ ਮਿਲੇ, ਕੁਝ ਕਹਿੰਦੇ ਸਨ ਉਹਨਾਂ ਨੇ ਕਿਹਾ ਜੀ ਇਸ ਮਨੁਸ਼ੀ ਦੀ ਆਤਮਾ ਨੂੰ ਇਹਦੇ ਬਾਰੇ ਆਖਿਆ ਕਿ ਇਹ ਬੜਾ ਚੰਗਾ ਜੀ ਆਖਦਾ ਸੀ। ਉਹ ਕਹਿੰਦਾ ਮੈਂ ਸਮਝ ਗਿਆ ਭਗਤ ਜੀ ਨੇ ਗਵਾਹੀ ਦੇ ਦਿੱਤੀ ਕਿ ਇਹਦਾ ਲੇਖਾ ਪਾੜ ਦੇ। ਧਰਮਰਾਜ ਨੇ ਲੇਖਾ ਪਾੜ ਦਿੱਤਾ, ਸੰਤਨ ਮੋਕੋ ਪੂੰਜੀ ਸੌਂਪੀ, ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗੋ ਜੋ ਫਾਟੇ ਸਗਲੋ ਲੇਖਾ। ਸਿੱਖ ਨੇ ਕਦੇ ਨਹੀਂ ਡਰਨਾ ਕਿਤੇ ਦੁਰਗਤੀ ਤੋਂ, ਕਿਧਰੇ ਹੋਰ ਨਰਕਾਂ ਤੋਂ, ਤੇ ਨਾ ਕਿਹਾ ਕਰੋ ਅਸੀਂ ਸਵਰਗਾਂ ਚ ਜਾਣਾ, ਤੇ ਨਾ ਕਾਟਾਂ ਤੇ ਲਿਖਿਆ ਕਰੋ ਸੁਰਗ ਵਾਸੀ, ਗੁਰ ਵਾਸੀ ਲਿਖਿਆ ਕਰੋ, ਗੁਰ ਚਰਨ ਨਿਵਾਸੀ ਲਿਖਿਆ ਕਰੋ। ਸਿੱਖ ਕਿਤੇ ਇੰਦਰ ਰਾਜੇ ਦੇ ਦੇਸ਼ ਵਿੱਚ ਜਾਣਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਸੀ ਤੂੰ ਸਵਰਗ ਵਾਸੀ ਲਿਖਿਆ ਹੈ ਕਿ ਸਿੱਖ ਦੀ ਤਮੰਨਾ ਇੰਦਰ ਦੇ ਰਾਜ ਵਿੱਚ ਜਾਣ ਦੀ, ਕੁਛ ਕਿਆਸ਼ ਦੇ ਉਹ ਇੰਦਰ ਦੇ ਨਹੀਂ, ਸਿੱਖ ਨੇ ਸੱਚਖੰਡ ਵਿੱਚ ਜਾਣਾ ਹੈ। ਸਿੱਖ ਦਾ ਨਿਸ਼ਾਨਾ ਸੱਚਖੰਡ, ਸਿੱਖ ਦਾ ਨਿਸ਼ਾਨਾ ਗੁਰੂ ਦੇ ਚਰਨ, ਕੇਵਲ ਗੁਰੂ ਦੇ ਚਰਨ।
गुरु के चरण मंगने नितनेम करना गुरु के चरण मंगने। तो माता जी जीओंदे जी गुरु चरणा नाल गुरु चरणा एडे वे गवाहियां देने वाले संत माता जी बाबा निर्मल दास जी को भी पुत्र कहते सन। साडे साथी संत सरबजीत सिंह जी सरसा जी को भी अपना पुत्र कहते सन। जिथे सरदार कुलवंत सिंह जी मैंबर श्रोमणी गुरुद्वारा प्रबंधक कमेटी जो इस वेले धर्म की सेवा में लगे ने सारा इलाका जानता इन्ने गुरमुख प्यारे ये सब माता जी दियां पिता जी दियां असीसां दा सदका उस माता जी आशीर्वाद जिहदे ख्यालां विच धर्म सोच विच धर्म घर विच धर्म धर्म इन्हां नूं मिलिया ते उत्थे दो पुत्र अपने साधु भी जिहदे पुत्र ही साधु बण जे भगत चलण दी भर गए एक मुंशी दी आत्मा नूं कल्याण कर सकते ने लेखे पढ़वा सकते ने। जिस माता दे दो दो पुत साध होण ते एक पुत जेड़ा सवा लख वर्गा सरदार कुलवंत सिंह वर्गा धर्मी पुत्र होवे धन गुरु रामदास पातशाह की सेवा विच लग्या होवे ओ माता नूं की चिंता हुई। उस माता नूं कोई चिंता नहीं। दास इन्हां शब्दां नाल ही समाप्ति करदा है। धन साहिब श्री गुरु ग्रंथ साहिब पातशाह दा कोट कोट शुक्र है और मंच दे उत्ते विराजमान सारे महापुरुष जो वख वख संप्रदायों तो नानक सर संप्रदाय तो धन बाबा धन्ना सिंह जी और निहाल सिंह जथेबंदियों चो संत बाबा निहाल सिंह जी हरिया मेलों वाले और लाल लाल कौर संप्रदाय चो महापुरुष बैठे ने और हरिमंदर साहब तो जो सिंह साहब यानी मान सिंह जी पहुंचे ने और भाई साहब भाई कुलविंदर सिंह जी अरदासिए पहुंचे ने सारे गुरमुखां दा बहुत बहुत धन्यवाद। जियो आया और ये धन्यवाद तो करना है परम सत्कार योग बाबा निर्मल दास जी ने पर दास भी अपनी इन्नी ड्यूटी समझदा सी। बहुत बहुत महापुरुषों का धन्यवाद हर एक संगत जो चल के आए हो सारी संगत का सरदार कुलवंत सिंह जी वालों दास वालों परिवार वालों धन्यवाद। एक एक कदम सिर मथे वाहिगुरु जी का खालसा वाहिगुरु जी की फतह। बहुत मैं अपना उन्होंने बहुत वधिया मित्र भी मानता है श्री साहब श्री हरिमंदर साहब के गुरु रामदास सच्चे पातशाह के वजीर भाई साहब भाई कुलविंदर सिंह जी मेरे पसंदीदा और सीनियर अरदासीए सचखंड श्री हरिमंदर साहब अमृतसर सिंह जी डेरा संतपुरा लाजपुरी बाबा जसविंदर सिंह जी डेरा बशीरपुरा संत बाबा निहाल सिंह जी हरिया मेला वाले महापुरख और इसके नाल ही मिसेज मनदीप कमरा हरदीप कमरा असिस्टेंट एक्साइज एंड टैक्सेशन कमिश्नर जलंधर सरदार मनवीर सिंह अकाली सरदार राजवीर सिंह शंटी सरदार कुलजीत सिंह चावला सरदार नविंदर सिंह डेजा सर अमरजीत सिंह बर्मी सरदार कालड़ा सरदार चरणजीत सिंह जी लाड़ी मीडिया इंचार्ज श्रोमणी अकाली दल जलंधर शहरी सरदार गुरचरण सिंह जी चन्नी प्रधान श्रोमणी अकाली दल जलंधर समुचे पंजाब का नाम समुची कौम का नाम समुचे पंजाबी भाईचारे का नाम पूरे विश्व में रोशन करने वाले बहुपक्षी शख्सियत के मालक और रोजाना अजीत अजीत समाचार के मुख संपादक डॉक्टर बरजिंदर सिंह हमदर्द होरा का धन्यवाद और श्री सुनील जोते जी साढ़े हरमन प्यारे मेयर साहब जलंधर म्यूनसिपल कारपोरेशन और बीबी हरदीप कौर भमरा इन्हों का नाम अपने ले चुका है सारे सचिव पहुंचे ने इन्हों का बहुत बहुत धन्यवाद। हम मैं बड़े अदब सत्कार अजीम जनरल
ਪੰਥ ਦੀ ਪ੍ਰਤੀਸ਼ਠਾ ਸ਼ਖਸੀਅਤ ਔਰ ਜ਼ਿੰਦਾ ਸ਼ਹੀਦ ਦਾ ਗੱਲ ਜਨਾਬ ਨੂੰ ਇਹ ਆਗੇ ਨਹੀਂ ਮਿਲਦਾ ਕਿ ਹਮਨਾ ਹੈ ਮੈਂ ਤਾਜ ਉਪਰ ਕੀ ਹਸਰਤ ਖੁਦਾ ਖੁਦਾਈ ਵੀ ਦੇ ਉਸੇ ਵੀ ਮੋੜ ਦੇ ਕਰਕੇ ਜੋ ਅਗਲਾ ਪ੍ਰੋਗਰਾਮ ਹੈ ਉਹ ਬਾਅਦ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦਾਸ ਵੱਲੋਂ ਹੱਥ ਜੋੜ ਕੇ ਸੀਸ ਜਵਾ ਕੇ ਨਿਮਰਤਾ ਸਾਹਿਬ ਭਲਾਈ ਪ੍ਰਵਾਨ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸਕਤ ਜੀ ਸਰੀਰ ਕਰਕੇ ਕੋਈ ਸਦਾ ਸੰਸਾਰ ਤੇ ਰਿਹਾ ਨਹੀਂ ਬੜੇ ਵੱਡੇ ਰਾਜੇ ਮਹਾਰਾਜੇ ਰਥੀ ਅੰਤ ਰਥੀ ਮਹਾਰਥੀ ਸੂਰਬੀਰ ਬਹਾਦਰ ਲਿਖੀ ਪੁਜੀ ਮਹਾਪੁਰਸ਼ ਸੰਸਾਰ ਤੇ ਆਏ ਆਪੋ ਆਪਣੀ ਡਿਊਟੀ ਭਰਪਾ ਕੇ ਹੁਕਮ ਦੇ ਵਾਪਸ ਚਲੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਜਨ ਕਰਦੇ ਹਨ ਹਮ ਆਦਮੀ ਹਾਂ ਇੱਕ ਧਰਤੀ ਅਸੀਂ ਸਾਰੇ ਜੀਵ ਇੱਕ ਦਮ ਦੇ ਮਾਲਕ ਹਾਂ ਜੇ ਦਮ ਆ ਗਿਆ ਸਵਾਸ ਆ ਗਿਆ ਤਾਂ ਜੀਵਨ ਜ਼ਿੰਦਗੀ ਹੈ ਜੇ ਨਾ ਆਇਆ ਤਾਂ ਜੀਵਨ ਜ਼ਿੰਦਗੀ ਦੀ ਸਮਾਪਤੀ ਹੈ ਇਸੇ ਕਰਕੇ ਸਤਿਗੁਰੂ ਜੀ ਵਚਨ ਕਰਦੇ ਹਨ ਹਰ ਜਪਦਿਆ ਫਿਰ ਢਿੱਲ ਮੈਂ ਪੀਤੇ ਮੇਰੀ ਜਿੰਦੜੀ ਨੇ ਮਤ ਕੇ ਆਪੇ ਸਾਹੋ ਆਵੇ ਕੇ ਨਾ ਆਵੇ ਰਾਮ ਹਮ ਆਦਮੀ ਹਾਂ ਇੱਕ ਕਦੇ ਮੋਹਲਤ ਮੋਹਤ ਨਾ ਜਾਣਾ ਕਿਸੇ ਨੂੰ ਕੋਈ ਪਤਾ ਨਹੀਂ ਕਿੰਨੀ ਕੁ ਜੀਵਨ ਜ਼ਿੰਦਗੀ ਦੀ ਮੋਹਲਤ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਵੱਲੋਂ ਮਿਲੀ ਹੋਈ ਹੈ ਇਹ ਸਰੀਰ ਅਤੇ ਸਵਾਸ ਬਖਸ਼ਿਸ਼ ਕੀਤੇ ਹਨ ਸਾਧ ਸੰਗਤ ਜੀ ਸਤਿਕਾਰ ਜੋ ਮਾਤਾ ਜੀ ਮਾਤਾ ਮਨਜਿੰਦਰ ਕੌਰ ਜੀ ਜਿਹਨਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਨ ਵਾਸਤੇ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੋਏ ਹਾਂ ਸਾਧ ਸੰਗਤ ਜੀ ਮਾਂ ਇੱਕ ਐਸਾ ਸ਼ਬਦ ਹੈ ਗੁਰੂ ਸਾਹਿਬ ਜੀ ਨੇ ਜਦੋਂ ਗੁਰਬਾਣੀ ਲਿਖਣ ਲੱਗੇ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਮਾਤਾ ਦਾ ਸਥਾਨ ਰੱਖਿਆ ਹਰੇਕ ਗੁਰੂ ਕੀ ਬਾਣੀ ਪੰਕਤੀ ਹਰੇਕ ਗੁਰੂ ਕੀ ਬਾਣੀ ਦੀ ਪੰਕਤੀ ਦੇ ਦੋ ਅਰਥ ਹਨ ਇੱਕ ਅੰਤਰੀਵ ਹੈ ਇੱਕ ਬਾਹਰੂਨੀ ਹੈ ਅੰਤਰੀਵ ਸ਼ਬਦ ਕੀ ਹੈ ਗੁਰਦੇਵ ਮਾਤਾ ਮਾਤਾ ਹੀ ਗੁਰੂ ਹੈ ਪਿਤਾ ਹੀ ਗੁਰੂ ਹੈ ਗੁਰੂ ਹੀ ਪਰਮੇਸ਼ਰ ਹੈ ਮੁੱਢਲੇ ਸੰਸਕਾਰ ਬੱਚੇ ਨੂੰ ਸੰਸਕਾਰ ਨੂੰ ਮਾਤਾ ਜੀ ਪਾਸੋਂ ਹੀ ਪ੍ਰਾਪਤ ਹੁੰਦੇ ਹਨ ਇਸੇ ਕਰਕੇ ਸਾਧ ਸੰਗਤ ਜੀ ਮਾਂ ਦਾ ਸਥਾਨ ਸਾਰੇ ਜਿੰਨੇ ਵੀ ਰਿਸ਼ਤੇ ਹਨ ਸੰਸਾਰ ਦੇ ਰਿਸ਼ਤੇ ਸਾਰੇ ਆਪੋ ਆਪਣੇ ਥਾਂ ਸੰਸਕਾਰ ਯੋਗ ਹਨ ਪਰ ਮਾਤਾ ਦਾ ਸਥਾਨ ਨਹੀਂ ਕੋਈ ਲੈ ਸਕਦਾ ਹੁੰਦਾ ਹੈ ਜੋ ਸਿੱਖਿਆ ਮਾਤਾ ਜੀ ਕੋਲੋਂ ਬੱਚੇ ਨੂੰ ਸੰਸਕਾਰ ਪ੍ਰਾਪਤ ਹੁੰਦੇ ਹਨ ਉਹ ਹੋਰ ਕਿਸੇ ਪਾਸੋਂ ਨਹੀਂ ਪ੍ਰਾਪਤ ਹੋ ਸਕਦੇ ਸਤਿਕਾਰ ਯੋਗ ਮਾਤਾ ਜੀ ਦੇ ਚਲੇ ਜਾਣ ਨਾਲ ਸ੍ਰੀ ਮਾਨ ਸਰਦਾਰ ਦਰਪਾਲ ਸਿੰਘ ਜੀ ਬੋਲਣ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਹਨ ਸਾਰੇ ਪਰਿਵਾਰ ਦੇ ਅੰਦਰ ਉਦਾਸੀ ਜ਼ਰੂਰ ਹੈ ਪਰ ਇੱਕ ਪਾਸੇ ਪ੍ਰਸੰਨਤਾ ਵੀ ਹੈ ਪ੍ਰਸੰਨਤਾ ਕੀ ਹੈ ਆਪਾਂ ਜੀਵਨ ਯਾਤਰਾ ਤਾਂ ਸਾਰੇ ਕਰਦੇ ਹਨ
और सफर किसे किसे की होती है। सरकार और माता जी अपने जीवन दाता सफल करके अपना मुख उजला लैके सतगुरु सच्चे पातशाह जी के चरणों में गए हैं। इस गल की प्रसन्नता भी है, सतगुरु जी वचन करते हैं सफल सफल करी सफल यात्रा आवन जान रहे मेरे साधा उन्होंने तप तपस्या की निशानी जो अपने बच्चों को उन्होंने संस्कार दिए उन्होंने संस्कारों के रूप में श्री मान सरकार कृपाल सिंह जी मनन मैंबर श्रोमणी गुरुद्वारा प्रबंधक कमेटी साढ़े सन्मुख हैं। तो सतगुरु सच्चे पातशाह कृपा करन सरकार जो माता जी पिता महापुरश हमने अपने पवित्र प्रवचन द्वारा दस रहे सन कि गुरु किसी को होर किसी पास जाते नहीं नहर बजन को सतगुर मिलया फिर का लेखा निपड़िया वो तो गुरु साहब जी के चरणों में गए हैं। परिवार को संत सारू भाणा मनण का सतगुरु सच्चे पातशाह बार बार वाहन करण मनण साहब जी अगर उन्होंने सारे परिवार के शीस से सतगुरु सच्चे पातशाह देव भरिया हाथ रखण महापुरश पवित्र आत्मा महान कपी पति संतान लोग सचखंड पास माता जी महापुरश श्री मान साहब पापा प्रीत पिता जी उन्होंने दानशील पवित्र आत्मा संतान लोग सिखमान संत बाबा निर्मलदास जी जिन्हें पवित्र स्थान के संतान माता जी आते रहे महापुरशों की संगत का आनंद माणते रहे बख्श प्राप्त करते रहे। सो ये सारा परिवार आगा वाला परिवार है सत्कार योग पवित्र आत्मा महान कपि तपि संत दाता जी संत दाता राम सिंह जी ने आप जी को अपने पवित्र बुखार तो प्रवचन द्वारा निहाल किया है। होर सारे महापुरश जो सचेत विराजमान हैं सरबत गुरु खालसा सात संगत दूर दरेडे चल के सत्कार योग माता जी के प्यार में सरदार कृपाल सिंह जी के प्यार में दर्शक इतने हैं। सारियां विकास अपने वालों मिसल शहीद करता नाल हरिया दिला जथेबंदी वालों इन्हों शब्दों श्रद्धा के फुलाकर करता हुआ फतेह आदि करता हाँ वाहिगुरु जी का खालसा वाहिगुरु जी की फतेह। स्टेज वालों मनन परिवार वालों संत बाबा निर्मल दास जी महाराज वालों पंथ से भारतीय जनता पार्टी के सरदार गुरमिंदर सिंह किशनपुर यूथ अकाली आगू पहुँचे ने उन्हों का बहुत समा बहुत घट है बेनती मेरी परिवार कर जिन्होंने असं विचार भी सुने संत बाबा राम सिंह जी बहुत वही शख्सियत संत जहाल सिंह जी हरिया बेलों वाले और मंच से साहब श्री गुरु ग्रंथ साहब की हाजिरी में श्री दरबार साहब के वो ग्रंथी जिन्होंने हमेशा अपने आप को श्री दरबार साहब रखते हैं और चाहे वो पितरदास जी महाराज की गुरती तो सरदारनी महेंद्र कौर जी जिन्होंने इस दरबार को संत निर्मलदास जी जोड़े जिन्हों के नाल मेरा भी बहुत ज़्यादा उस समय तो प्यार है जो के इतने आए हैं गद्दी से बैठे परमंत सिंह जी मन श्रोमणी कमेटी के मैंबर जो भी इन्होंने कभी विचार आता है तो हमेशा टौड़ा साहब वागू जो मैं टौड़ा साहब नाल रहिंदा सी तो हमेशा ही
ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਸੀ ਵੀ ਕਿਸ ਤਰ੍ਹਾਂ ਸੇਵਾ ਕਰਨੀ ਚਾਹੀਦੀ। ਔਰ ਮੰਗਣ ਸਾਹਿਬ ਨੂੰ ਆਪਣੀ ਮਾਤਾ ਤੋਂ ਮਹਿੰਦਰ ਕੌਰ ਜੀ ਤੋਂ ਆਸ਼ੀਰਵਾਦ ਮਿਲੀ ਔਰ ਉਸ ਦੇ ਨਾਲ ਇਹ ਸ਼੍ਰੋਮਣੀ ਕਮੇਟੀ ਵੀ ਸੇਵਾ ਕਰ ਰਹੇ ਨੇ, ਬੜੇ ਹੀ ਸਤਿਕਾਰਤ ਨੇ। ਭਾਈ ਪ੍ਰਾਪਤ ਮਾਨੁਖ ਦੇ ਹੋਈਆ ਗੋਬਿੰਦ ਮਿਲਣ ਕੀ ਹੈ ਤੇ ਬਣਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇ ਬਣਨਾ। ਸਿਰਫ ਗੁਰੂ ਨਾਨਕ ਸਾਹਿਬ ਦੀ ਅਰਾਧਨਾ, ਸ਼ਬਦਿੰਗ ਦੀ ਅਰਾਧਨਾ ਜੋ ਕਿ ਇਸ ਪਰਿਵਾਰ ਨੇ ਕੀਤੀ ਔਰ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਤਿੰਨਾਂ ਨੂੰ ਐਸੇ ਸੰਸਕਾਰ ਦਿੱਤੇ ਜੋ ਕਿ ਸੰਸਕਾਰ ਸੁਖਮਨੀ ਸਾਹਿਬ ਵਿੱਚ ਨੇ। ਮਨ ਮੇਰੇ ਤਿੰਨ ਕੀ ਓਟ ਲੈ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਭ ਥੋਕ ਕਾ ਦਾਤਾ। ਜਿਸ ਦੀ ਸਰਲ ਸਗਲ ਸਿਖਾ, ਜਿਸ ਕੇ ਦਰਸਾ ਪਾਪ ਮਟਾਵੇ, ਅਵਰ ਸਿਆਲ ਸਗਜੀ ਚਾਰ, ਜਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣਾ ਹੋਈ ਤੇਰਾ ਨਾਨਕ, ਤਿਸ ਸਤ ਪੂਜਵ ਕਰ। ਸੰਤ ਬਾਬਾ ਰਾਮ ਸਿੰਘ ਜੀ, ਸੰਤ ਬਾਬਾ ਈਸ਼ਵਰ ਸਿੰਘ ਜੀ, ਸੰਤ ਬਾਬਾ ਨੰਦ ਸਿੰਘ ਜੀ ਦੇ ਵਿਚਾਰ ਰੱਖਣਾ ਸੀ, ਜੋ ਕਿ ਬਚਪਨ ਵਿੱਚ ਹੀ ਮੈਂ ਸੰਤ ਬਾਬਾ ਈਸ਼ਵਰ ਸਿੰਘ ਜੀ ਦੇ ਚਰਨਾਂ ਵਿੱਚ ਜਾਂਦਾ ਹੁੰਦਾ ਸੀ। ਇਹ ਹੋਈ ਕਹਾਂਗਾ ਕਿ ਇਹਨਾਂ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਨਾਲ ਔਰ ਜੋ ਸੰਗਤ ਵਿੱਚ ਜੁੜੀਆਂ ਜਲੰਧਰ ਔਰ ਦੁਆਬੇ ਦੀ ਧਰਤੀ ਦੀਆਂ ਬਹੁਤ ਵੱਡੀਆਂ ਹਸਤੀਆਂ, ਇਹ ਸਾਰੇ ਇਹਨਾਂ ਨੂੰ ਕੁਲਵੰਤ ਸਿੰਘ ਮਾਨਾ ਜੀ ਨੂੰ ਆਸ਼ੀਰਵਾਦ ਦੇ ਰਹੇ ਨੇ ਤਾਂ ਕਿ ਉਹ ਮਾਤਾ, ਜਿਸ ਮਾਤਾ ਨੇ ਇੱਕ ਐਸਾ ਜੀਵਨ ਆਪਣੇ ਪਰਿਵਾਰ ਨੂੰ ਦਿੱਤਾ ਔਰ ਇੱਕ ਐਸਾ ਬਾਗ ਸਿਰਜਿਆ ਜਿਸ ਵਿੱਚ ਚੰਗੇ ਚੰਗੇ ਫੁੱਲ ਲਗਾ ਕੇ ਉਸ ਪਰਿਵਾਰ ਨੂੰ ਅੱਗੇ ਵਧਾਇਆ। ਉਸ ਮਾਤਾ ਦੇ ਲਈ ਅਸੀਂ ਅਰਦਾਸ ਹੀ ਕਰ ਸਕਦੇ। ਸਵਾਸਾਂ ਦੀ ਡੋਰੀ ਪੂਰੀ ਕਰਦਿਆਂ ਹੋਇਆ ਉਹਨਾਂ ਨੇ ਸੰਸਾਰ ਤੋਂ ਜਾਂਦੇ ਹੋਇਆਂ ਪਰਮਾਤਮਾ ਦੀ, ਗੁਰੂ ਨਾਨਕ ਸਾਹਿਬ ਦੀ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਚਲੇ ਗਏ। ਅਸੀਂ ਉਹਨਾਂ ਲਈ ਇਹੋ ਹੀ ਅਰਦਾਸ ਕਰੀਏ ਸਾਰੇ ਮਿਲ ਕੇ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਮਾਸ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਮਿੰਨੀ ਪਾਰਲੀਮੈਂਟ ਵੱਲੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੇ ਬਹੁਤ ਹੀ ਲਾਇਕ, ਸੁਚੱਜੇ ਔਰ ਵਿਦਵਾਨ ਅਤੇ ਗੁਣੀ ਸਕੱਤਰ ਨੁਮਾਇੰਦਗੀ ਕਰਨ, ਪ੍ਰਧਾਨ ਸਾਹਿਬ ਸਿਹਤ ਠੀਕ ਹੋਣ ਕਰਕੇ, ਠੀਕ ਸਿਹਤ ਠੀਕ ਨਾ ਹੋਣ ਕਰਕੇ ਨਹੀਂ ਪਹੁੰਚ ਸਕੇ, ਤੋ ਉਹਨਾਂ ਦੀ ਹਾਜ਼ਰੀ ਪ੍ਰਵਾਨ ਹੈ। ਸਰਦਾਰ ਰੂਪ ਸਿੰਘ ਜੀ, ਡਾਕਟਰ ਰੂਪ ਸਿੰਘ ਜੀ ਔਰ ਸਰਦਾਰ ਮਨਜੀਤ ਸਿੰਘ ਜੀ ਅਤੇ ਸਾਥੀਆਂ ਦਾ ਜਿਉਂ ਆਇਆਂ ਬਹੁਤ ਬਹੁਤ ਧੰਨਵਾਦ। ਸ਼੍ਰੀ ਕੇ ਡੀ ਭੰਡਾਰੀ, ਮੁੱਖ ਪਾਰਲੀਮਾਨੀ ਸਕੱਤਰ ਜਲੰਧਰ ਦੇ ਮੁਖੀ ਨੇ ਔਰ ਹਰਮਨ ਪਿਆਰੇ ਆਗੂ ਨੇ, ਉਹ ਪਹੁੰਚੇ ਨੇ ਜਿਉਂ ਆਇਆਂ। ਮਿੱਠੀ ਗੋਸ਼ ਮੱਠੀ ਸਾਹਿਬ ਫਤਿਹ ਸਾਂ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਮੰਨਣ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਲਈ ਔਰ ਦਿਵੰਗਤ ਆਤਮਾ ਸਾਡੇ ਪੂਜਨੀ ਮਾਤਾ ਮਹਿੰਦਰ ਕੌਰ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਇਕੱਤਰ ਹੋਏ ਹੈ। ਮਾਰਸ਼ਲ ਇਸ ਸਿਸ਼ਟੀ ਦਾ ਸਭ ਤੋਂ ਪਿਆਰਾ, ਸਭ ਤੋਂ ਮਿੱਠਾ ਅਤੇ ਸਭ ਤੋਂ ਸ਼ਕਤੀਸ਼ਾਲੀ ਸ਼ਬਦ ਹੈ। ਇਨਸਾਨ ਜਿਸਲੇ ਕਿਸੇ ਵੀ ਸੰਕਟ ਹੁੰਦਾ, ਕਿਸੇ ਵੀ ਤਕਲੀਫ ਹੁੰਦਾ, ਉਸ ਵੇਲੇ ਜਾਂ ਆਪਣੀ ਮਾਂ ਨੂੰ ਯਾਦ ਕਰਦਾ ਜਾਂ ਆਪਣੇ ਇਸ ਨੂੰ ਯਾਦ ਕਰਦਾ ਹੈ। ਇਸਕੇ ਮਾਤਰੀ ਦੇਵ ਭਾਵ ਕਿ ਅਸੀਂ ਮਾਂ ਨੂੰ ਦੇਵਤਾ ਤੋਂ ਉੱਪਰਲਾ ਦਰਜਾ ਦਿੰਦੇ ਹਾਂ। ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਮਾਂ ਬੱਚੇ ਨੂੰ ਬੋਲਣਾ ਸਿਖਾਉਂਦੀ ਹੈ, ਮਾਂ ਬੱਚੇ ਨੂੰ ਚੱਲਣਾ ਸਿਖਾਉਂਦੀ ਹੈ, ਮਾਂ ਹੀ ਬੱਚੇ ਨੂੰ ਸੰਸਕਾਰ ਦਿੰਦੀ ਹੈ। ਮਾਂ ਆਪ ਕਿਲੇ 'ਤੇ ਬਹਿ ਕੇ ਬੱਚੇ ਨੂੰ ਸੁੱਕੇ 'ਤੇ ਪਾਉਂਦੀ ਹੈ। ਇਸ ਕਰਕੇ ਮਾਂ ਦੇ ਇਨਸਾਨ ਸੱਤ ਜਨਮਾਂ ਨਹੀਂ ਦੇ ਸਕਦਾ। ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਮਾਂ ਹੈ ਰੱਬ ਦਾ ਨਾਂ ਦੁਨੀਆ ਵਾਲਿਓ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੀਏ। ਮਾਂ ਦੀ ਜਿੰਨੀ ਮਰਜ਼ੀ ਤਾਰੀਫ ਕਰ ਲਈਏ ਉਹ ਘੱਟ ਹੈ।
ਕਿਸੇ ਸ਼ਾਇਰ ਨੇ ਕਿਹਾ ਕਿ ਮਾਂ ਦੇ ਚਰਨਾਂ ਦੇ ਵਿੱਚ ਸਵਰਗਾਂ ਦਾ ਨਜ਼ਾਰਾ। ਅੱਜ ਇਸ ਮੰਨਣ ਪਰਿਵਾਰ ਤੋਂ ਮਾਂ ਦਾ ਨਿੱਘਾ ਅਤੇ ਪਿਆਰਾ ਸਾਇਆ ਉੱਠ ਗਿਆ, ਲੇਕਿਨ ਮਾਤਾ ਜੀ ਦਾ ਆਸ਼ੀਰਵਾਦ ਹਮੇਸ਼ਾ ਇਸ ਪਰਿਵਾਰ 'ਤੇ ਬਣਿਆ ਰਹੇਗਾ, ਐਸਾ ਮੈਨੂੰ ਪੂਰਨ ਵਿਸ਼ਵਾਸ ਹੈ। ਮਾਤਾ ਜੀ ਧਰਮ ਪਰਾਇਣ ਸੀ, ਸਮਾਜ ਸੇਵੀ ਸੀ, ਸਫਲ ਗ੍ਰਹਿਣੀ ਸੀ, ਆਦਰਸ਼ ਮਾਤਾ ਸੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਦੀ ਸੇਵਾ ਵਾਸਤੇ, ਧਰਮ ਦੇ ਕੰਮਾਂ ਵਾਸਤੇ ਲਗਾਇਆ। ਔਰ ਸਭ ਤੋਂ ਵੱਡੀ ਗੱਲ ਹੈ, ਜਿਹੜੀ ਔਲਾਦ ਸਮਾਜ ਨੂੰ ਦੇ ਕੇ ਗਏ ਆ, ਬਹੁਤ ਹੀ ਪਾਕ ਅਤੇ ਪਵਿੱਤਰ। ਸਾਰੇ ਸੰਤਾਂ ਨੇ, ਮਹਾਂਪੁਰਖਾਂ ਨੇ ਕੁਲਵੰਤ ਸਿੰਘ ਜੀ ਮੰਡਲ ਸਾਹਿਬ ਦੀ ਕਿੰਨੀ ਤਾਰੀਫ ਕੀਤੀ ਹੈ। ਇਹ ਨਹੀਂ ਕਿਸੇ ਮਾਂ ਬਾਪ ਦੀ ਸਹੀ ਪੂੰਜੀ ਹੁੰਦੀ ਹੈ ਜਿਸ ਮਾਂ ਬਾਪ ਦੀ ਔਲਾਦ ਚੰਗੀ ਹੋਵੇ। ਇਨਸਾਨ ਤੋਂ ਅਰਬਾਂ ਖਰਬਾਂ ਰੁਪਇਆ ਹੋਵੇ, ਔਲਾਦ ਚੰਗੀ ਨਾ ਹੋਵੇ, ਸਮਾਜ ਰੁਕਵਾ ਨਾ ਹੋਵੇ, ਅਤੇ ਮਨ ਨੂੰ ਅਪਰਾਧ ਪਾਉਣ ਕੋਈ ਯਾਦ ਨਹੀਂ ਕਰਦਾ। ਇਨਸਾਨ ਕੋਲ ਰੁਪਈਆ ਨਾ ਹੋਵੇ, ਔਲਾਦ ਚੰਗੀ ਹੋਵੇ, ਸਮਾਜ ਰੁਤਬਾ ਹੋਵੇ, ਉਹ ਮਾਂ ਬਾਪ ਕਦੇ ਮਰਦੇ ਨਹੀਂ, ਉਹ ਹਮੇਸ਼ਾ ਅਮਰ ਰਹਿੰਦੇ। ਸਾਡੇ ਮਾਤਾ ਜੀ ਸਾਡੇ ਵਿੱਚ ਨਹੀਂ ਰਹੇ, ਲੇਕਿਨ ਮੰਨਣ ਸਾਹਿਬ ਜਦੋਂ ਕੋਈ ਸਮਾਜ 'ਚ ਵਧੀਆ ਕੰਮ ਕਰਨਗੇ, ਧਰਮ ਦਾ ਕੰਮ ਕਰਨਗੇ, ਤਾਂ ਉਹਦੇ ਪਿੱਛੇ ਨਾਂ ਆਏਗਾ ਮਾਤਾ ਮਹਿੰਦਰ ਕੌਰ ਦਾ, ਪਿਤਾ ਮਹਿੰਦਰ ਸਿੰਘ ਦਾ, ਕਿ ਉਹਦਾ ਜੰਮਿਆ ਪੁੱਤਰ ਹੈ ਕੁਲਵੰਤ ਸਿੰਘ ਮੰਨਣ, ਜਿਹੜਾ ਸਮਾਜ ਦੀ ਸੇਵਾ ਕਰ ਰਿਹਾ ਹੈ, ਧਰਮ ਦੀ ਸੇਵਾ ਕਰ ਰਿਹਾ। ਸਤਿ ਸੰਗਤ ਜੀ, ਮੇਰਾ ਇਸ ਪਰਿਵਾਰ ਦੇ ਨਾਲ ਬਹੁਤ ਹੀ ਨਿੱਘਾ ਅਤੇ ਪਿਆਰਾ ਸੰਬੰਧ ਹੈ। ਮੈਂ 2 ਇਲੈਕਸ਼ਨ ਲੜੀਆਂ ਮੇਰੇ ਲਈਆਂ, ਔਰ ਮੈਨੂੰ ਪਤਾ ਇਸ ਪਰਿਵਾਰ ਨੇ ਮੇਰੇ ਨਾਲ ਕਿੰਨਾ ਸਨੇਹ ਅਤੇ ਕਿੰਨਾ ਪਿਆਰ ਕੀਤਾ ਹੈ। ਅੱਜ ਮੈਂ ਜਿਸ ਮੁਕਾਮ 'ਤੇ ਪਹੁੰਚਿਆ ਹੈ, ਉਹਦੇ ਪਿੱਛੇ ਇਸ ਮਾਤਾ ਦਾ ਜਿਹੜਾ ਮੈਨੂੰ ਆਸ਼ੀਰਵਾਦ ਮਿਲਿਆ, ਮੈਂ ਜ਼ਿੰਦਗੀ 'ਚ ਭੁਲਾ ਨਹੀਂ ਸਕਦਾ। ਵੀਰੇ, ਜਿੰਨੀਆਂ ਵੀ ਮੀਟਿੰਗਾਂ ਹੁੰਦੀਆਂ ਸੀ ਅਕਾਲੀ ਦਲ ਵੱਲੋਂ ਮੰਨਣ ਸਾਹਿਬ ਦੇ ਗ੍ਰਹਿ ਦੇ ਉੱਪਰ ਹੁੰਦੀਆਂ ਸੀ, ਉੱਪਰ ਮੈਂ ਮਾਤਾ ਦਾ ਆਸ਼ੀਰਵਾਦ ਲੈ ਕੇ ਆਪਣੇ ਕੰਮ ਨੂੰ ਸ਼ੁਰੂ ਕਰਦਾ ਸੀ। ਮੈਂ ਮੰਨਣ ਸਾਹਿਬ ਦੇ ਮਿਸਿਜ਼ ਦਾ ਵੀ ਧੰਨਵਾਦ ਵੱਲੋਂ ਨਹੀਂ ਲੈ ਸਕਦਾ। ਜਿੰਨਾ ਸਨੇਹ, ਜਿੰਨਾ ਪਿਆਰ ਮੈਨੂੰ ਇਸ ਪਰਿਵਾਰ ਤੋਂ ਮਿਲਿਆ ਹੈ, ਮੈਂ ਮਹਾਰਾਜ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਹੜੀ ਫੁਲਵਾੜੀ ਮਾਤਾ ਜੀ ਲਾ ਗਏ ਹੈ, ਇਹ ਸਦਾ ਹਰੀ ਭਰੀ ਹੈ। ਇਹ ਮੰਨਣ ਪਰਿਵਾਰ ਸਦਾ ਖੁਸ਼ੀਆਂ ਦੇ ਖੇੜੇ ਮਾਨੇ, ਅਸੀਂ ਮੰਗਲ ਕਾਮਨਾ ਕਰਦਾ ਹਾਂ। ਅੱਜ ਪਰਿਵਾਰ ਨੂੰ ਬਹੁਤ ਘਾਟ ਪਈ ਹੈ, ਕਿਉਂਕਿ ਮਾਂ ਦਾ ਪਿਆਰ ਤਾਂ ਮਾਂ ਹੀ ਦੇ ਸਕਦੀ ਹੈ, ਨਾ ਚਾਚੀ ਦੇ ਸਕਦੀ ਹੈ, ਨਾ ਭੂਆ ਦੇ ਸਕਦੀ ਹੈ। ਲੇਕਿਨ ਈਸ਼ਵਰ ਦਾ ਭਾਣਾ ਹੈ, ਜਿੰਨੀ ਸਮੱਸਿਆ ਦੀ ਪੂੰਜੀ ਇਨਸਾਨ ਨੂੰ ਮਿਲਦੀ ਹੈ, ਇਨਸਾਨ ਉਨੀ ਭੋਗ ਕੇ ਜਾਂਦਾ ਹੈ। ਮੈਂ ਈਸ਼ਵਰ ਅੱਗੇ ਹੀ ਮੰਨਣਾ ਕਰੂੰਗਾ ਕਿ ਪੂਜੇ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦੇ ਨਾਲ, ਪਿੱਛੇ ਪਰਿਵਾਰ ਸਕੇ ਸੰਬੰਧੀਆਂ ਨੂੰ ਜਿਹੜਾ ਅਕਹਿਤ ਸਾਹਿਤ ਹੋ ਪਿਆ, ਇਹ ਸਹਿਣ ਕਰਨ ਦੀ ਸ਼ਕਤੀ ਦੇ ਨਾਲ, ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਔਰ ਭਾਰਤੀ ਜਨਤਾ ਪਾਰਟੀ ਵੱਲੋਂ ਵਾਹਿਗੁਰੂ ਕੀ ਅਰਦਾਸ ਕਰਦਾ ਮੈਂ ਇਸ ਪੁੰਨ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦੇ ਨਾਲ, ਪਿੱਛੇ ਪਰਿਵਾਰ ਨੂੰ ਇਹ ਪਾਰਾ ਮਿਲਣ ਦਾ ਫਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਦ ਵਿੱਚ ਜੁੜ ਬੈਠੇ ਹਾਂ, ਸਿਫਤ ਤੋਂ ਸਲਾਹ ਕੀਤੀ ਹੈ, ਵਾਕਈ ਉਹ ਮਾਤਾ ਕਿੰਨੀ ਮਹਾਨ ਹੋਵੇਗੀ ਜਿਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਪ ਐਡੀ ਵੱਡੀ ਤਾਦਾਦ ਵਿੱਚ ਸਵੇਰ ਤੋਂ ਇਕੱਤਰ ਹੋਏ ਹੋ। ਮੈਂ ਸਭ ਦਾ ਜਿਹਨੇ ਉਸ ਮਾਂ ਦੇ ਦਰਸ਼ਨ ਨਹੀਂ ਕੀਤੇ, ਉਹ ਉਹਨਾਂ ਦੇ ਲਾਇਕ ਸਪੁੱਤਰ ਅਤੇ ਦਰਵੇਸ਼ ਹਨ, ਪਰ ਮੰਨਣ ਸਾਹਿਬ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਮਾਂ ਕਿਹੋ ਜਿਹੀ ਹੋਵੇਗੀ। ਮੈਂ ਸਿਰਫ ਇੱਕੋ ਗੱਲ ਕਰਾਂਗਾ, ਮਾਂ ਤਿਆਗੀ ਐਡੀ ਸੀ, ਮੈਨੂੰ ਜੋ ਪਤਾ ਲੱਗੀ ਹੈ ਗੱਲ, ਸਾਧ ਸੰਗਤ ਅੱਜ ਦੇ ਯੁੱਗ 'ਚ ਗੱਲ ਮੁਮਕਿਨ ਨਹੀਂ। ਮਾਤਾ ਮਾਇਆ ਨੂੰ ਦੁਨੀਆ ਦੌੜ ਕੇ ਪੈਂਦੀ ਹੈ। ਪੂਰੀ ਕਮੇਟੀ ਦੇ ਸਕੱਤਰ ਰਾਮ ਸਿੰਘ ਦਾ ਧੰਨਵਾਦ ਕਰਦਾ ਹੋਇਆ ਹੁਣ ਮੈਂ ਬੇਨਤੀ ਕਰਾਂਗਾ, ਪੰਥ ਦੇ ਬਹੁਤ ਹੀ ਸਰਮੌਰ ਆਗੂ, ਸੀਨੀਅਰ ਨੇਤਾ, ਟਕਸਾਲੀ ਅਕਾਲੀ ਔਰ ਮੌਜੂਦਾ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਦੇ, ਕੈਬਨਿਟ ਮੰਤਰੀ ਦੇ ਫਰਾਇਜ਼ ਬੜੇ ਵਧੀਆ ਢੰਗ ਨਾਲ ਅੰਜਾਮ ਦੇ ਰਹੇ, ਸਤਿਕਾਰਯੋਗ, ਕਾਬਲੇ ਤਾਜ਼ੀਮ, ਕਾਬਲੇ ਇੱਜ਼ਤ, ਕਾਬਲੇ ਇਹਤਰਾਮ ਸਰਦਾਰ ਅਜੀਤ ਸਿੰਘ ਜੀ ਕੁਹਾੜ ਨੂੰ ਕਿ ਉਹ ਮਾਤਾ ਜੀ ਨੂੰ, ਮਾਤਾ ਮਹਿੰਦਰ ਕੌਰ ਜੀ ਸਾਡੀ ਸਾਰਿਆਂ ਦੀ ਮਾਤਾ, ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਬਾਬਾ ਨਿਹਾਲ ਸਿੰਘ ਜੀ, ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸਾਹਿਬਾਨ, ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੇਰੇ ਸਤਿਕਾਰਯੋਗ ਭੈਣੋ ਅਤੇ ਭਰਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਵੱਡੀ ਤਾਦਾਦ ਵਿੱਚ ਸਤਿਕਾਰਯੋਗ ਭੈਣ ਮਹਿੰਦਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਹਾਜ਼ਰ ਹੋਏ। ਭਾਵੇਂ ਉਹਨਾਂ ਦੀ ਉਮਰ ਕੋਈ ਤਕਰੀਬਨ 77 ਸਾਲ ਦੀ ਸੀ,
ਪਰ ਉਹਨਾਂ ਦਾ ਇਸ ਸੰਸਾਰ ਤੋਂ ਚਲੇ ਜਾਣਾ ਇੱਕ ਪਰਿਵਾਰ ਵਾਸਤੇ, ਰਿਸ਼ਤੇਦਾਰਾਂ ਵਾਸਤੇ, ਭਾਈਚਾਰੇ ਵਾਸਤੇ ਬਹੁਤ ਵੱਡੀ ਘਟਨਾ ਵਾਪਰੀ। ਸਾਡੇ ਲਈ ਇਹ ਬਹੁਤ ਹੀ ਸਹਿ ਹੈ, ਕਹਿ ਹੈ, ਪਰ ਹੋਰ ਵੀ ਕੁਝ ਨਹੀਂ ਸਕਦਾ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਇਸ ਦਰਬਾਰ ਸਵਾਰ ਕੇ ਸਾਨੂੰ ਆਦੇਸ਼ ਦਿੱਤਾ ਹੈ ਕਿ ਭਾਣੇ ਨੂੰ ਮੰਨਣਾ ਹੁੰਦਾ ਤੇ ਬਹੁਤ ਔਖਾ ਹੈ, ਪਰ ਉਹਦੇ ਨਾਲ ਵੀ ਸਾਨੂੰ ਬਹੁਤ ਵੱਡੀ ਇਤਿਹਾਸਾ ਮਿਲਦੀ ਹੈ। ਭੈਣ ਦੀ ਉੜੀ ਆਪਣੇ ਪਿੱਛੇ ਇੱਕ ਬਹੁਤ ਹੀ ਦੂਰ ਦੇਸ਼ੀ ਵਾਲਾ ਸਮਾਜ ਦੀ ਸੇਵਾ ਕਰਨ ਵਾਲਾ ਸ਼ਬਦ ਗੁਰੂ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਵਾਲਾ ਪਰਿਵਾਰ ਸਾਨੂੰ ਬਖਸ਼ਿਸ਼ ਕਰ ਗਿਆ ਹੈ। ਮੰਨਣ ਪਰਿਵਾਰ ਬਾਰੇ ਸਾਰੇ ਸਿੱਖਾਂ ਜੋ ਸੰਤ ਮਹਾਂਪੁਰਖਾਂ ਨੇ, ਰਾਜਨੀਤਿਕ ਹਸਤੀਆਂ ਨੇ ਬਹੁਤ ਹੀ ਉਹਨਾਂ ਬਾਰੇ ਦੱਸਿਆ। ਮੇਰਾ ਇੱਕ ਪਰਿਵਾਰ ਦੇ ਨਾਲ ਬਹੁਤ ਲੰਮੇ ਦਿਨਾਂ ਤੋਂ ਵਾਸਤਾ ਹੈ, ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਵਾਂਗੂ ਸਾਰੇ ਗੱਲ ਅਸੀਂ ਇਕੱਠੇ ਰਹੇ। ਜੋ ਮੈਂ ਮੰਦਰ ਸਾਹਿਬ ਬਾਰੇ ਵੇਖਿਆ, ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਜਿਹਦੇ ਨਾਲ ਮੈਂ ਇਹਨਾਂ ਦੀ ਮੈਂਬਰ ਸਾਹਿਬ ਦੀ ਤਰੀਫ, ਕਿਉਂਕਿ ਮੈਂ ਤਾਂ ਇਹ ਸਮਝਦਾ ਕਿ ਬਹੁਤ ਹੀ ਵੱਡੇ ਕਰਮਾਂ ਵਾਲੇ ਜਿਹਨਾਂ ਨੂੰ ਸਿੱਖ ਧਾਰਮਿਕ ਸੰਸਥਾ ਦੀ ਮੈਂਬਰ ਬਣਨ ਦਾ ਮੌਕਾ ਮਿਲਿਆ ਤੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਨ ਦਾ ਮੌਕਾ ਦਿੱਤਾ ਹੈ ਤੇ ਗੁਰੂ ਦੇ ਨਾਮ ਬਾਰੇ ਪ੍ਰਚਾਰ ਕਰਨ ਦਾ ਮੌਕਾ। ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਭਾ ਦੇ ਵਿੱਚ ਗੁਣ ਚਾਹੀਦੇ ਹਨ ਉਹ ਸਾਰੇ ਗੁਣ ਜਿਹੜੇ ਹੈ ਸਰ ਕਵਿੰਦ ਸਿੰਘ ਜੀ ਮਨ ਵਿੱਚ ਹਨ। ਮੈਂ ਬੇਨਤੀ ਕਰਾਂ ਕਿ ਜਦੋਂ ਇਨਸਾਨ ਇਸ ਸੰਸਾਰ ਤੇ ਆਉਂਦਾ ਤੇ ਪਰਮਾਤਮਾ ਦੀ ਡਿਊਟੀ ਲਾਉਂਦਾ ਕਿ ਇਨਸਾਨ ਉਹ ਇਸ ਸੰਸਾਰ ਤੇ ਕੀ ਕੁਝ ਕਰ। ਡਿਊਟੀ ਆਪਣੇ ਹਰ ਮਨੁੱਖ ਦੀ ਇਹ ਹੁੰਦੀ ਹੈ ਕਿ ਆਪਣੀ ਕਿਰਤ ਕਰ, ਕਿਰਤ ਵਿੱਚੋਂ ਆਪਣੀ ਸਮਰੱਥਾ ਦੇ ਮੁਤਾਬਕ ਕੁਝ ਨਾ ਕੁਝ ਗੁਰਦੁਆਰਿਆਂ ਵਾਸਤੇ, ਵਿਦਿਆ ਦੇ ਮੰਦਰਾਂ ਵਾਸਤੇ, ਹਸਪਤਾਲਾਂ ਵਾਸਤੇ ਦੱਸਾਂ। ਇੱਕ ਸਾਨੂੰ ਸਵਾਸਾ ਰੂਪੀ ਉਮਰ ਮਿਲੀ ਹੈ। ਦਸਵੇਂ ਪਾਤਸ਼ਾਹ ਗੁਰਮੇਲ ਸਿੰਘ ਮਹਾਰਾਜ ਨੇ ਹਰ ਸਿੱਖ ਲਈ, ਹਰ ਮਨੁੱਖ ਨੂੰ ਇਹ ਆਦੇਸ਼ ਦਿੱਤਾ ਹੈ ਕਿ ਇਹਦੇ ਵਿੱਚੋਂ ਵੀ ਕੁਛ ਨਾ ਕੁਛ ਦਸਵਾਂ ਚੱਲਣਾ ਚਾਹੀਦਾ। ਕਿਹੜਾ ਆਦੇਸ਼ ਆ? ਇਹ ਬਹੁਤ ਹੀ ਸੰਘਰਸ਼ ਦੇ ਜੀਵਨ ਵਿੱਚ ਲੰਘਿਆ ਹੈ, ਕਿਉਂਕਿ ਅਕਾਲੀ ਦਲ ਵਿੱਚ ਬਹੁਤ ਔਖਾ ਹੁੰਦਾ, ਕਿਉਂਕਿ ਜਦੋਂ ਵੀ ਕੋਈ ਪਾਰਟੀ ਵੱਲੋਂ ਆਦੇਸ਼ ਹੁੰਦਾ ਉਹਨੂੰ ਇਹਨਾਂ ਨੇ ਪੂਰਾ ਵੀ ਕੀਤਾ ਹੈ ਤੇ ਮੰਨਿਆ ਵੀ। ਅੱਜ ਉਹ ਇਹਨਾਂ ਨੇ ਸਮਾਜ ਦੀ ਸੇਵਾ ਕੀਤੀ ਹੈ, ਜੋ ਇਹਨਾਂ ਨੇ ਗੁਰੂ ਦੇ ਚਰਨਾਂ ਨਾਲ ਪਿਆਰ ਤੇ ਸਤਿਕਾਰ ਕੀਤਾ, ਇੱਜ਼ਤ ਕੀਤੀ ਹੈ, ਉਹਦੇ ਫੁੱਲ ਪੇਟ ਕਰਨ ਵਾਸਤੇ ਹਾਜ਼ਰ ਹੋਏ। ਇਸੇ ਹੀ ਕਾਰਨ ਸਾਰੇ ਸਿੱਖਾਂ ਸੰਤ ਮਹਾਂਪੁਰਖ ਵੀ ਭੈਣ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਵਾਸਤੇ ਹਾਜ਼ਰ ਹੋਏ। ਮੰਨਣ ਸਾਹਿਬ ਵਾਲੇ ਮੈਂ ਇਹ ਛੋਟੇ ਜਿਹੇ ਹੁੰਦੇ ਸਨ, ਜਦੋਂ ਦਾ ਇਹਨਾਂ ਨੂੰ ਮੈਂ ਵੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਰਦਰਸ਼ੀ ਇਹਦੀ ਤੀਖਣ ਬੁੱਧੀ ਬਣੇ, ਇਹਦੀ ਸੇਵਾ ਬੰਨੇ ਵੇਖ ਕੇ, ਇਹਨਾਂ ਦੀ ਸੋਚ ਬੰਨੇ ਵੇਖ ਕੇ, ਇਹ
मैंबर श्रोमणी कमेटी की भेंट दी। तो मैं शहर वासियों का भी धन्यवादी है कि बहुत बड़े फर्क श्रोमणी कमेटी के मैंबर बनाया ते सेवा करने का मौका दिता। मैं अक्सर शहर में बहुत नेड़े नेड़े आने का मौका मिलता है। मैं सारी जिंदगी चाहता मेरे ने जुड़िया इन्हों बारे कद किसी ने कोई शिकायत ही नहीं की। सिर्फ चाहते हैं कि बहुत अच्छे सर। मैं थोड़ा टाइम भी ज्यादा लग गया क्योंकि परिवार न बहुत ही ज्यादा साडा संबंध है प्यार। मैं तो यह भी बेनती करता कि जो जथेदार महेंद्र सिंह ने ते बहन मिंदर कौर ने इन्होंने माता के पिता ने जो इन्होंने बहुत वही जायदाद दिखती है। जायदाद कोई बैंक बैलेंस नहीं होंगे कोई कीवा जो शीश जो चंकी सोच इन्होंने माता पिता वालों मिली है। ये पीढ़ी दर पीढ़ी उन्होंने संभाल के रखेंगे। मैं बड़ा वाला माण है तो मैं वाहिगुरू के चरणों में यही बेनती करता कि वाहिगुरू सच्चे पातशाह दादिया भैन महेंद्र कौर जी अपने चरणों में वास बख्शना सानू सारे संगत के रूप में आया भाणा मन का बल बख्शना। वाहिगुरू जी का खालसा वाहिगुरू जी की फतह। पातशाही गुरु तेग बहादुर नगर के आप महान सिंह बाबा साहब जी सिर ठीक ना होने करके नहीं आ सके। शोक पौधे को आए हैं इंडस्ट्रियल एस्टेट वेलफेयर सोसाइटी फेडरेशन ऑफ जलंधर इंडस्ट्रियल ट्रेडर्स एसोसिएशन गुरुद्वारा आसापुर ज्ञाननगर गुरुद्वारा श्री गुरु सिंह सभा अजीतनगर नकोद रोड जलंधर स्मॉल हैंड टूल्स मैनुफैक्चरर्स एसोसिएशन जलंधर गुरुद्वारा प्रीतनगर सोडल रोड जलंधर दैनिक भास्कर अखबार वालों गुरुद्वारा श्री गुरु सिंह सभा शिवनगर वालों गुरु नानक मिशन नौजवान सभा वालों गुरुद्वारा श्री गुरु सिंह सभा गुरुदेव नगर जलंधर वालों समूह सिंह सभावान जलंधर वालों ये शोक संदेश आए हैं और इन्हों सारों का भी असी आभार प्रकट करते हाँ। एक मैं सूचना देनी चाहता है कि इस पवित्र स्थान पर जिथे संत बाबा निर्मल दास जी ने कलयुग में सतयुग वरताया हुआ है कहीं संत बाबा प्रीतम दास जी महाराज की बरसी गुरसिखी मर्यादा अनुसार हर साल मनाई जाती है। ऐतकी भी तीन दिन का धार्मिक जोड़ मेला होगा। महापुरख आप ही बेनती करके आप पूजने आप समूह संगत ने सोना पाई को दर्शन देने ने तो मैं कुहार साहब का धन्यवाद करने तो उपरंत हूँ बड़े अदब सत्कार बेनती करा महान शख्सियत तप त्याग ते सेवा सेवन की त्रिमूर्ति ते संगीत के बहुत गूढ़ ज्ञान कलाकारों को प्रेम करने वाले हर चंगे बदे का गुणवान का सत्कार करने वाले इस महान पवित्र स्थान के मुकद्दर स्थान के मौजूदा मुख्य सेवादार सत्कारयोग संत बाबा निर्मल दास जी महाराज को कि वह माइक पर जो उधरों संबोधित करना था उधरों जिस तरह आप जी की रजा हो गए धन्यवाद है। सब तो बड़ी जो साढ़े इस पवित्र स्थान पर महान महापुरशा ने आके हाजरी भरी है ये सारा जो कुछ भी तुसी देख रहे हो माता जी माता महेंद्र कौर उन्हां दा प्यार ही ये थानू दस रहा है। समागम शहर के भी बहुत बड़े हो सकते सी सारा कुछ वधिया हो सकता सी पर उन्हां दी आत्मा उन्हां दी अंतरी जो भावना सी वो गुरु महाराज के चरणों के नाल जुड़ी हुई सी।
उन्होंने अपने जीवन में मैं कई बार उन्होंने गल याद आती है। दास ने जिस वेले बाहर जाना इंग्लैंड जाना या इधर जाना तो माता जी ने आके अखंड पाठ सुख लेना तो माता जी ने पूछा तुम ये अखंड पाठ क्यों सुख्या कह लगे थोड़े बाहर ना जाने तो तुम इतने बैठ के महाराज जी ने तुम नाम के नाल जोड़िया और गुरबाणी के नाल जोड़िया और पातशाह जी की महान कृपा है बाहर की कर जाएगा तो माता जी को ये वचन कह के उन्होंने कहना कि अनजल की गल है साड़ी अपनी भावना कोई नहीं पर उन्होंने अखंड पाठ सुख लेना मैं उन्होंने कहना कि लोग तो अखंड पाठ कराते भी बाहर जा रहे कोई पर तुसी अखंड पाठ ना जान नहीं महाराज के चरणों में बेनती करते तो इतना प्यार इतना सत्कार इतना उन्होंने आशीर्वाद साढ़े ते रहा और अज महान कृपा हुई है गुरु ग्रंथ साहब महाराज जी की उन्होंने अंतम अरदास मैं याद है सरदार महेंद्र सिंह जी हॉस्पिटल अपना शरीर चैकअप कराने वास्ते गए जिस वे डॉक्टर ने उन्होंने रोक लिया तो बीबी जी उन्होंने वस्त्र लैके गए उन्होंने इनान किया अपने वस्त्र पहना ले और अपना कुर्ता जो वो इस तरह पहनाने लगे तो जो डॉक्टर का वो जो उन्होंने हेल्पर से उन्होंने आख्या कि तुम डॉक्टर साहब आपको याद करते हैं तो उन्होंने उस तरह कुर्ता इस तरह मोढ़े उपर रख के डॉक्टर साहब के कमरे वाल चले गए तो इस तरह चूली उपर अपना कुर्ता लटका के जिस वे उस मेज के उपर उन्होंने लेटने वास्ते कहा भी चैकअप करना उसे ही सवाल पूरे हो गए सरदार महेंद्र सिंह जी ने और माता जी कोल खड़े हैं बड़े उदास हुए कहने लगे मौत का सख्ती आनी है पर मैंने बड़ी खुशी मेरे हथा और मेरी जिंदगी में अपने यात्रा संपूर्ण की है ऐ पातशाह मेरे से भी कृपा इसे तरह करना पर जो माता जी ने उन्होंने समा बख्शी किया कुर्सी से बैठिया मैं लंगर छकिया अरदास की कुर्सी से बैठे हुए बैठा बैठा ही गुरु पातशाह जी की कृपा हुई उन्होंने अपना पंच पौतिक शरीर त्याग के गुरु चरणों में वलीन हुए और अज इस महान पवित्र स्थान पर जिन्होंने बाबा जी ने उन्होंने आशीर्वादा दिखा उन्होंने प्यार दिता और उन्होंने आत्मा हर समय हर टाइम गुरु महाराज के नाल जुड़ी हुई और दो चार दिन पहले इतने आए उन्होंने पहले लंगर छक के जाना जल पानी पूरी तरह छक के जाना और इस बार आए कह लगे नहीं जल छकना है जल छक के उस वेले वापस चले गए मुड़ के शरीर करके साडे विच नहीं आए तो गुरु पातशाह इहोजिहियां आत्मावां नूं महापुरशां ने दस्सिया कि गुरसिख जो है वह जीवन मुक्त है तो साडे माता जी माता महेंद्र कौर जिन्होंने मनसा वाचा करना करके गुरु चरणों के नाल अपना जीवन जो बतीत किया ज्यो जन्मे जब आए ठिकाना जो जोशी संजोश समाना मिट गए गमन पाए विश्राम नान प्रभ कै सत प्रभा तो उन्होंने आत्मा ने अंतम अरदास करने वास्ते श्री दरबार साहिब हरिमंदर साहिब तो जिन्हों से महान कृपा है वो अरदास करने वास्ते साढ़े भी शामिल हुए हैं इस पवित्र स्थान तो जितनी भी इलाके संगत और इस स्थान दंगत गुरु पातशाह सब दिन हाजरिया उन्होंने चरणों के असं अरदास करते हैं कि पातशाह कृपा कर रही आप अपने सेवकों अपने चरणों के अभेद करना जो जन्मे जाए कटाना क्यों ज्योति संजोर समाना विट गया गवन पाए विश्राम नानक प्रभु कह सत प्रभा जो हरिमंदर साहब अरदास करते हैं वो उन्होंने याद में अब इस पवित्र स्थान से माता जी ने अरदास करने वास्ते शामिल हुए मैं सब का धन्यवाद करता है जिसे महान इलाके दिन संतान
और महान प्रबंध सज्जन गुरु पातशाह जी के हजूरी विराजमान है उसे महान संत समाज और जथेबंदियों ने जो मुखी है उन्होंने आके इस समारोह में हाजिर करी है। मैं सब का धन्यवाद करता है इसे ही कि मैं जाती हूँ और गुरु पातशाह इस तरह साढ़े वीर भाई बच्चों और आशीर्वाद प्रदान कर आओ फतेह बताइए बोले धन्यवाद किया है और अपने बचना अपने साझे किए उन्हों का भी बहुत बहुत धन्यवाद। सारा प्रबंध महापुरखा ने ही मैं बेनती करांगा सरदार कुलवंत सिंह जी मनड़ साहब मैंबर श्रोमणी गुरुद्वारा प्रबंधक कमेटी को इतने स्टेज के उ आने की कृपालता कर महापुरखा वो उन्होंने गुरु घर की बख्श दी जानी है। Thank you.
ਕਿਰਪਾ ਕਰੋ ਆਪਣੇ ਪਾਵਨ
ਅਸਾਂ ਜੋਰ ਨਾਹੀਂ ਜੇ ਕਿਸ ਕਰ ਹਮ ਸਾਪੈ ਜਿਉਂ ਭਾਵੈ ਤਿਨੈ ਬਖਸ਼। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ। ਹੱਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ। ਹੱਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਰੱਬ ਸਿਉਂ ਲਾਗ ਰਹਿਓ ਮੇਰਾ ਚੀਤ, ਪ੍ਰਭ ਸਦਾ ਸਹਾਈ। ਧੰਨ ਹਮਾਰਾ ਮੀਤ, ਰਹਾਉ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਰੱਬ ਪੂਰਨ ਪੈਜ ਰਖਾਈ। ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਅਸੀਂ ਸਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਰਦਾਰ ਕੁਲਵੰਤ ਸਿੰਘ ਜੀ ਮੰਨਣ, ਉਹਨਾਂ ਦੇ ਸਤਿਕਾਰਯੋਗ ਮਾਤਾ ਵਿਜਿੰਦਰ ਕੌਰ ਜੀ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਅਤੇ ਪਰਿਵਾਰ ਨਾਲ ਜਿੰਨਾ ਜਿੰਨਾ ਕਿਸੇ ਦਾ ਸੁਨੇਹ ਹੈ ਦੁੱਖ ਸਾਂਝਾ ਕਰਨ ਵਾਸਤੇ ਗੁਰੂ ਸੰਗਤ ਦੀ ਯੁੱਗ ਦੁਆਰਾ ਜੁੜ ਬੈਠੇ ਹਾਂ। ਅਰਦਾਸ ਉਪਰੰਤ ਸਤਿਗੁਰੂ ਜੀ ਨੇ ਮਿਹਰਾਂ ਕਰਕੇ ਮੁਖਵਾਰ ਬਖਸ਼ਿਸ਼ ਕੀਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸਮੁੱਚੀਆਂ ਸੰਗਤਾਂ ਦਾ ਇੱਥੇ ਆਉਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਸਹਿਤ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਸੀਂ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਜਿੱਥੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੇ, ਉੱਥੇ ਪਰਿਵਾਰ ਨੂੰ
ਇਸੇ ਤਰ੍ਹਾਂ ਪੰਥਕ ਸੇਵਾ ਕਰਨ ਦਾ ਉਦਮ ਅੰਬਾਲਾ ਬਖਸ਼ਿਸ਼ ਕਰਨ। ਸਮੂਹ ਪਰਿਵਾਰ ਦੇ ਸੀਸ ਤੇ ਸਤਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ। ਫਿਰ ਇੱਕ ਵਾਰ ਪਠਾਨਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਸਟੇਸ਼ ਕਤਲ ਸਾਹਿਬ ਸਰਦਾਰ ਕੀਰ ਸਿੰਘ ਜੀ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਬਖੂਬੀ ਇਹ ਸੇਵਾ ਨਿਭਾਈ ਹੈ। ਬਹੁਤ ਸਾਰੀਆਂ ਸੰਪਰਦਾਵਾਂ ਦੇ ਮਹਾਂਪੁਰਖ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਚ ਅਧਿਕਾਰੀ ਅਤੇ ਇਸ ਪਰਿਵਾਰ ਨਾਲ ਸਨੇਹ ਰੱਖਣ ਵਾਲੇ ਰਿਸ਼ਤੇਦਾਰ ਔਰ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ, ਭਾਵੇਂ ਉਹ ਰਾਜਨੀਤਿਕ ਖੇਤਰ, ਸਮਾਜਿਕ ਖੇਤਰ ਹੋਵੇ, ਬਹੁਤ ਸਾਰੇ ਨੁਮਾਇੰਦੇ ਉੱਥੇ ਪਹੁੰਚੇ ਨੇ। ਫਿਰ ਇੱਕ ਵਾਰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ, ਹੋਈਆਂ ਭੁੱਲਾਂ ਤੋਂ ਜਮ੍ਹਾਂ ਕਰਦੇ ਹਾਂ। ਬਰਾਉ ਫਤਿਹ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਸਥਾਨ ਦੇ ਵਜ਼ੀਰ ਜੀ ਆਪਣੇ ਘਰ ਕਮਰਾਂ ਨਾਲ ਬਖਸ਼ਿਸ਼ ਦੇ ਰਹੇ ਨੇ। ਜਗਾਰਾ ਚੱਲੀਏ ਗੁੜ ਸੋ ਨਿਹਾਲ ਤੋਂ ਇਸ ਦੇ ਨਾਲ ਹੀ ਅੱਜ ਦਾ ਸਮਾਗਮ ਸੰਪੂਰਨ ਹੁੰਦਾ ਹੈ। ਪੰਜ ਸਾਹਿਬਾਨ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਤਪ ਸਥਾਨ ਬਾਬਾ ਜੋੜੇ, ਨਾਨਕਸਰ ਸਾਹਿਬ, ਸਿੰਘੜਾ, ਗੁਰਦੁਆਰਾ ਅਮਨ ਨਗਰ, ਗੁਰਦੁਆਰਾ ਪ੍ਰੀਤ ਨਗਰ, ਇਹਨਾਂ ਸਾਰਿਆਂ ਦੇ ਧੰਨਵਾਦੀ ਹਾਂ। ਇਹਨਾਂ ਨੇ ਬੇਹੱਦ ਮਾਇਆ ਦਿੱਤੀ ਹੈ, ਇਹਨਾਂ ਦੇ ਵੀ ਧੰਨਵਾਦੀ ਹਾਂ। ਔਰ ਸਰਦਾਰ ਜੋਗਿੰਦਰ ਸਿੰਘ ਜੋਗੀ ਜੋ ਕਿ ਪੰਜਾਬ ਯੂਥ ਕਲੱਬ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹ ਵੀ ਪਹੁੰਚੇ ਨੇ, ਉਹਨਾਂ ਦੇ ਧੰਨਵਾਦ। ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਮੈਂ ਹੁਣ ਜਿਹੜਾ ਬਾਬਾ ਜੀ ਦਾ ਹੁਕਮ ਆਇਆ, ਬਾਬਾ ਜੀ ਦਾ ਹੁਕਮ ਹੈ, ਹੁਣ ਭਾਈ ਪਾਲ ਸਿੰਘ ਜੀ ਅਬੋਹਰ ਵਾਲੇ 5 ਮਿੰਟ ਆਪਦੀ ਸੇਵਾ 'ਚ ਉਪਸਥਿਤ ਹੋਣਗੇ। ਥੱਲਿਆਂ ਪੁਰਸ਼ਾਂ ਦੀਆਂ ਯਾਦਾਂ ਕੁੜੀਆਂ ਤੇ ਰਹਿਣਗੀਆਂ, ਚੰਗੀਆਂ ਪੁਰਸ਼ਾਂ ਦੀਆਂ ਯਾਦਾਂ ਦੁਨੀਆਂ ਤੇ ਰਹਿਣਗੀਆਂ, ਭੱਲਿਆਂ ਪੁਰਸ਼ਾਂ ਦੀਆਂ ਯਾਦਾਂ ਜਿਹੜਾ ਇਨਸਾਨ ਬੀਜ ਹੈ ਨੇਕੀ ਦਾ ਹੋ ਜਾਂਦਾ, ਦੁਨੀਆਂ ਦੇ ਅਮਰੂਹ ਵੇਲਾ ਨਹੀਂ ਤੇ ਤੈਨੂੰ ਤੀਰਥ ਨਹਾਉਣ ਦਾ ਕੀ ਫਾਇਦਾ, ਯਾਦਾਂ ਵਿੱਚ ਸਦਾ ਉਹਨਾਂ ਦੇ ਮੇਲੇ ਭਏ ਲੱਗਦੇ ਨੇ, ਫੁੱਲਾਂ ਦੀ ਹੁੰਦੀ ਵਰਖਾ ਦੀਪਕ ਭਏ